कौन चुरा के लै गया ईमान मेरे शहर का, कौन चुरा के लै गया ईमान मेरे शहर का, हाय किन्ना गिर गया इंसान मेरे शहर का। रोज़ इत्थे वेचदा ए आदमी नू आदमी, फिर भी नहीं हुंदा अपमान मेरे शहर का, जद भी जनाजा निकलिया मंदिर चों इंसाफ का, जद भी जनाजा निकलिया मंदिर चों इंसाफ का, कोड़ा पत्थर ही रहा भगवान मेरे शहर का, लाशां उठ उठ तुरदियां लभदियां ने जिंदगी है अज इस तरह का दोस्तों, शमशान मेरे शहर का, कतल उसनू कर दियो जो कोई कातल नहीं है, कतल उसनू कर दियो जो कोई कातल नहीं है। सुन लो दोस्तों फुरमान मेरे शहर का, सुन लो दोस्तों फुरमान मेरे शहर का। ये लाइना ने जी तारा सिंह आलम साढ़े पंजाबी शायर ने उन्हां दियां लिखियां होईयां ने। इन्हां लाइनां नाल मैं हाजर हाँ जगतार सिंह जग्गी, सब तो पहला जस पंजाबी देखने वाले ते पंजाबी माँ बोल नूं प्यार करन वाले प्यारे प्यारे पंजाबियों नूं मेरे वल्लों हमेशा की तरह प्यार भरी सत श्री अकाल नमस्कार अदाब सलाम हैलो हाय ते नाल दी नाल बहुत बहुत निघा स्वागत जी अज्ज दे इस लाइव शो दे विच। लाइव शो लैके अज फिर हाजर हाँ, और अक्सर जदों आपां गल करदे हां लाइव शो दी ਤਾਂ ਜ਼ਰੂਰ ਸਾਡੇ ਕਾਲਰਾਂ ਦਾ ਹੱਥ ਜਿਹੜਾ ਉਹ ਆਪ ਮਹਾਰੇ ਫੋਨ ਵਾਲੇ ਪਾਸੇ ਵੀ ਚੱਲ ਜਾਂਦਾ ਤਾਂ ਕਿ ਫੋਨ ਕਰਕੇ ਕਾਲਾਂ ਕਰਕੇ ਗੱਲਬਾਤ ਵੀ ਕਰਦੇ ਹੁੰਦੇ ਆਪਾਂ। ਸੋ ਅੱਜ ਵੀ ਕਰਾਂਗੇ ਪਰ ਪੰਜਾਬ ਦੀ ਜਿਹੜੀ ਗੱਲ ਹੈ ਕੱਲ੍ਹ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਉੱਥੋਂ ਸ਼ੁਰੂ ਕਰਨੀ ਬਣਦੀ ਵੀ ਆ ਅਤੇ ਕਰਨੀ ਪਏਗੀ ਵੀ। ਕੱਲ੍ਹ ਅਸੀਂ ਗੱਲ ਕਰਦੇ ਸੀ ਗੁਰਬਾਣੀ ਦੇ ਪ੍ਰਸਾਰ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਅਤੇ ਜਿਹੜਾ ਪਾਸ ਕਰਨ ਦੀ ਵਿਧਾਨ ਸਭਾ ਦੇ ਵਿੱਚ ਅਤੇ ਉਹ ਕਲਰ ਕਰਕੇ ਉਹਨਾਂ ਨੇ ਜਿਹੜਾ ਵਿਧਾਨ ਸਭਾ ਬੁਲਾਈ ਸੀ ਸੈਸ਼ਨ ਬੁਲਾਇਆ ਸੀ ਤਾਂ ਉਹਦੇ ਵਿੱਚ ਉਹ 'ਤੇ ਮੋਹਰ ਲਾਤੀ ਹੈ ਜੀ, ਤਾੜੀਆਂ ਵਜਵਾਤੀਆਂ 92 ਐੱਮ ਐੱਲ ਏ ਨੇ ਤਾੜੀਆਂ ਮਾਰਤੀਆਂ ਵੀ ਇਹ ਮਤਾ ਪਾਸ ਕੀਤਾ ਜਾਂਦਾ ਗੁਰਬਾਣੀ ਦਾ ਕਿ ਗੁਰਬਾਣੀ ਜਿਹੜੀ ਹੈ ਉਹ ਸਾਰਿਆਂ ਵਾਸਤੇ ਫਰੀ ਟੂ ਏਅਰ ਹੋਣੀ ਚਾਹੀਦੀ ਆ। ਉਸ ਤੋਂ ਅਗਲੀ ਗੱਲ ਆ ਗਈ ਇਹਦੇ ਉੱਪਰ ਪ੍ਰਤੀਕਰਮ, ਪ੍ਰਤੀਕਰਮ ਤਕਰੀਬਨ ਸਭ ਦਾ ਇਹੀ ਸੀਗਾ ਜੀ ਇਹ ਗੱਲ ਤਾਂ ਸਹੀ ਆ ਹੋਣੀ ਚਾਹੀਦੀ ਆ। ਅਕਾਲੀ ਦਲ ਦੇ ਮਨਪ੍ਰੀਤ ਅਜਾਲੀ ਨੇ ਕਿਹਾ, ਚੰਦੂ ਮਾਜਰਾ ਸਾਹਿਬ ਨੇ ਵੀ ਇਹ ਕਿਹਾ, ਹੋਰ ਵੀ ਕਾਂਗਰਸ ਵਾਲਿਆਂ ਨੇ ਵੀ ਇਹੀ ਕਿਹਾ ਵੀ ਨਹੀਂ ਗੁਰਬਾਣੀ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੋਣੀ ਚਾਹੀਦੀ ਕਿ ਉਹ ਹੀ ਸਿਰਫ ਦਿਖਾ ਸਕਦਾ ਜਾਂ ਉਹ ਦਿਖਾ ਕੀ ਸਕਦਾ ਵੇਚ ਸਕਦਾ, ਵੇਚਣ ਦੀ ਸਿੱਧੀ ਸਿੱਧੀ ਗੱਲ ਹੈ ਗੁਰਬਾਣੀ ਨੂੰ। ਅਤੇ ਉੱਥੇ ਇਹ ਗੱਲ ਆਈ ਹੈ ਪਰ ਉਹ ਤਾਂ ਠੀਕ ਹੈ ਪਰ ਇਹ ਤਰੀਕਾ ਸਹੀ ਨਹੀਂ ਹੈ। ਅਸੀਂ ਰਾਤੀ ਵੀ ਗੱਲ ਕਰਦੇ ਸੀਗੇ, ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਵੀ ਭਾਈ ਹਰ ਚੀਜ਼ ਦੀ ਆਪਣੀ ਤਸੀਰ ਹੁੰਦੀ ਹੈ। ਦਵਾਈਆਂ ਦੀ ਅਸੀਂ ਗੱਲ ਕੀਤੀ ਸੀਗੀ ਅਤੇ ਦਵਾਈ ਦੀ ਵੀ ਆਪਣੀ ਤਸੀਰ ਹੈਗੀ ਹੈ, ਕੋਈ ਦਵਾਈ ਡਾਕਟਰ ਦੱਸਦੇ ਨੇ ਠੰਡੇ ਪਾਣੀ ਨਾਲ ਖਾਣੀ ਅਤੇ ਕੋਈ ਖਾਣੀ ਤੱਤੇ ਪਾਣੀ ਨਾਲ, ਕੋਈ ਖਾਣੀ ਹੈ ਰੋਟੀ ਤੋਂ ਪਹਿਲਾਂ ਤਾਂ ਕੋਈ ਖਾਣੀ ਹੈ ਰੋਟੀ ਤੋਂ ਬਾਅਦ, ਕੋਈ ਖਾਣੀ ਹੈ ਖਾਲੀ ਪੇਟ ਤਾਂ ਕੋਈ ਖਾਣੀ ਹੈ ਇੱਦਾਂ। ਅਤੇ ਇਹ ਪਰ ਜੇ ਉਸਨੂੰ ਸਹੀ ਤਰੀਕੇ ਨਾਲ ਨਹੀਂ ਖਾਂਦੇ ਤਾਂ ਕਈ ਵਾਰੀ ਇਹ ਹੁੰਦਾ ਕਿ ਫਾਇਦਾ ਬੇਸ਼ੱਕ ਨਾ ਕਰੇ ਪਰ ਕਈ ਵਾਰੀ ਨੁਕਸਾਨ ਕਰ ਜਾਂਦੀ ਹੈ ਚੀਜ਼ਾਂ। ਸੋ ਮੁੱਖ ਮੰਤਰੀ ਸਾਹਿਬ ਦਾ ਕੁੱਲ ਮਿਲਾ ਕੇ ਇਹ ਜਿਹੜਾ ਆਈਡੀਆ ਹੈ ਉਹ ਤਾਂ ਹੈਗਾ ਸਹੀ ਪਰ ਕਈ ਵਾਰੀ ਨਾ ਕੋਈ ਜਨਾਨੀ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਣਾ ਖੂਣਾ ਤਾਂ ਵਾਹਵਾ ਸਵਾਦ ਬਣਾ ਲੈਂਦੀ ਹੈ, ਚੰਗਾ ਸਵਾਦ ਆਉਂਦਾ, ਦੂਰੋਂ ਬੈਠਿਆਂ ਨੂੰ ਖੁਸ਼ਬੂਆਂ ਆਉਂਦੀਆਂ ਲੋ ਵੀ ਅੱਜ ਕੋਈ ਖਾਸ ਚੀਜ਼ ਬਣੀ ਲੱਗਦੀ ਹੈ ਪਰ ਉਹ ਪਰੋਸਣ ਵੇਲੇ ਥੇ ਕਰ ਦਿੰਦੀ ਹੈ। ਇਹ ਕਈ ਵਾਰੀ ਅਸੀਂ ਦੇਖਿਆ ਕਿ ਆਮ ਤੌਰ 'ਤੇ ਆਪਾਂ ਸਲਾਦ ਰੱਖਦੇ ਪਹਿਲਾਂ ਕੁਛ ਰੱਖਦੇ ਹਾਂ ਉਹ ਕੀ ਕਰਦੇ ਨੇ, ਬਹੁਤ ਜਗ੍ਹਾ ਪਹਿਲਾਂ ਜਿਹੜੀ ਬਾਹਰ ਦੇ ਵਿੱਚ ਖਾਣ ਵਾਲੀ ਮਿੱਠੀ ਚੀਜ਼ ਹੁੰਦੀ ਉਹ ਰੱਖ ਜਾਂਦੇ ਆ, ਫਿਰ ਉਹ ਰੋਟੀਆਂ ਰੱਖ ਜਾਂਦੇ ਆ, ਰੋਟੀਆਂ ਫਿਰ ਜਦ ਨੂੰ ਠੰਡੀਆਂ ਠੁੰਡੀਆਂ ਹੋ ਜਾਂਦੀਆਂ ਇੱਕ ਦਾਲ ਆਉਂਦੀ ਆ ਅਤੇ ਜਦ ਨੂੰ ਬੰਦਾ ਉਸ ਦਾਲ ਨਾਲ ਸ਼ੁਰੂ ਕਰਦਾ ਫਿਰ ਦੂਜੀ ਦਾਲ ਆਉਂਦੀ ਆ। ਖੈਰ ਇਹਨੂੰ ਇਸ ਨਾਲ ਨਹੀਂ ਮੇਲ ਸਕਦੇ ਪਰ ਚੀਜ਼ ਕੁਛ ਇਸ ਤਰ੍ਹਾਂ ਹੀ ਹੈ। ਤਰੀਕਾ ਕੱਲ੍ਹ ਫੁਲਕਾ ਸਾਹਿਬ ਦੱਸ ਰਹੇ ਸੀਗੇ ਵੀ ਭਾਈ ਜੇ ਤੁਸੀਂ ਇਹ ਕੰਮ ਕਰਨਾ ਤਾਂ ਇੱਦਾਂ ਕਰੋ, ਤੁਸੀਂ ਐੱਸ ਜੀ ਪੀ ਸੀ ਨੂੰ ਕਹੋ ਵੀ ਆਹ ਕੰਮ ਇੱਦਾਂ ਇੱਦਾਂ ਆਪਾਂ ਕਰਨਾ ਤਾਂ ਦੱਸੋ ਕਿਵੇਂ ਕਰ ਸਕਦੇ ਹਾਂ, ਅਤੇ ਜਾਂ ਫਿਰ ਸੈਂਟਰ ਸਰਕਾਰ ਇਹ ਕਰ ਸਕਦੀ ਹੈ। ਪੰਜਾਬ ਸਰਕਾਰ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਕਰ ਸਕਦੀ, ਬਹੁਤ ਸਾਰੇ ਕਹਿੰਦੇ ਕਰ ਸਕਦੀ ਹੈ ਪਰ ਉਹਨਾਂ ਨੇ ਮਤਾ ਪਾਸ ਕਰ ਦਿੱਤਾ ਅਤੇ ਨਾਲ ਦੀ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕਰਤੀ ਆ ਵੀ ਅਸੀਂ ਉਹਨੂੰ ਮੂਲੋਂ ਰੱਦ ਕਰਦੇ ਹਾਂ, ਮੂਲੋਂ ਤੋਂ ਭਾਵ ਕੇ ਮਾਸਾ ਜਿਹਾ ਵੀ ਨਹੀਂ ਮੰਨਦੇ ਤੁਹਾਡੀ ਗੱਲ ਅਸੀਂ ਇਹ। ਅਤੇ ਹੁਣ ਇਹ ਗਾਹ ਗੱਲ ਕਿੱਧਰ ਨੂੰ ਜਾਂਦੀ ਆ ਉਹ ਅਜੇ ਆਉਣ ਵਾਲਾ ਸਮਾਂ ਦੱਸੂਗਾ।
गुरबाणी तो असी कल गल कर ली सी, दर्शकों के व्यू भी ठीक से सारे वधिया सीगे कि ठीक है, पर जे यूट्यूब ते पाउंदे ने इह चीज़ दा बहुत ध्यान रखना पैना श्रोमणी गुरुद्वारा प्रबंधक कमेटी नूं भी, ते जे सरकार दा हत्थ पल्ला पैंदा अलग चैनल बनाउंदा उहनां नूं भी। चैनल आ साडा, साडे हुण भी रहिरा साहब आउंदी है जां सवेरे आसा दी वार आउंदी है, तां साडे असीं कोई ऐड ना थल्ले ना उपर उहदे च असीं बिल्कुल नहीं पाउंदे, ना अगे ना पिछे ऐड नहीं आउंदी बिल्कुल। चलो उह साडे हत्थ है, ठीक है जी, असी चलो हरिमंदर साहब का है, असी हुण भी जो करहरा सौंदी है तो कोई गुरबाणी का प्रोग्राम आता तो उहदे च नगर कीर्तन शायद होंदिया कई बार ऐडा, पर उस ऐडा साडियां सारियां कोई इदां दी कोई ऐड है नहीं कि बाबियां दी ऐड आ गई तो आ गई तो आ गई चमत्कार करो तो बहू को बस में करे सास करे, इहो जी नहीं होंदी साडे कोई। हाँ मैं गल करदा सीगा वी साडे हत्थ है असी रोक सकदे ऐडा, पर जदों भाई कोई चीज़ यूट्यूब ते चलदी है, यूट्यूब ते चलदी आ उहदे च साडा साडे हत्थ उह चीज़ नहीं रहिंदी, उहदे विच ऐडा यूट्यूब ने अपनियां पाउणियां। सो नंबर एक जिहड़ा करना पएगा यूट्यूब ते बिल्कुल कोई भी चैनल गुरबाणी ना पावे, उदा हर मुल्कां दे विच चैनल हैगे आ साडे, जस पंजाबी कनेडा अमेरिका आस्ट्रेलिया न्यूजीलैंड सारे चलदा, असीं इह सेवा दे सकदे हाँ। होर जिहड़े बहुत सारे चैनल ने बाकी मुल्कां दे विच सारे कर सकदे ने चैनल, जदों गल यूट्यूब ते चल गई तो भाई उदों तीर कमानों निकल जाणी ते बोल जबानों निकल जाणी, उहदे अपने हत्थ वस कुछ नहीं रहना, यह चीज़ पहुँचनी चाहिए सरकार कोल भी ते श्रोमणी कमेटी कोल भी। हाँ जी, हुण गल करिए अज दे विशा जिहड़ा असीं करांगे रखांगे वो नाल जुड़दा ही है करके तो आपां नाल हुण सांझा कर लैंदे हां ते रखांगे बाद दे विच। चलो हाँ, जिहड़ा कहिंदे सी पास करना बिल ते उह करता गुरबाणी वाला पास करता, हुण राजपाल साहब कोल जाणा, उह जाना तो राजपाल साहब को ही है ना जी, तो उहनूं किवें, मैनू नहीं लगता भी वह राजपाल साहब घुग्गी मारनगे उत्ते, क्योंकि अगला जिहड़ा बिल पास किया वो सीधा सीधा राजपाल साहब ते अटैक है। वह बिल हैगा जी कि राजपाल साहब के हथ हैगा हुण कि वाइस चांसलर किसी भी यूनीवर्सिटी का लाउणा, तो राजपाल साहब चांसलर ने ते वाइस चांसलर वह तय करते हैं, जिवें पिछे जे बाबा फरीद यूनीवर्सिटी फरीदकोट का पंगा पिया सीगा, इन्हां ने कहिंदे मान साहब का बयान सी इहदे च सैशन दे विच ही कल कि असी बड़ी मुश्किल नाल एक डॉक्टर जिहड़े बहुत मिन्नता मुन्नता करके बहुत वही उहदा सुधार होगा जी साडे कालजां यूनीवर्सिटियां विच लियांदे सीगे, ते इन्हां ने लाते ते ना मुड़ के मंगे ते ना दे विच फिर दिल्ली वाला बंदा इन्हां ने सिलैक्ट किया। ये चीज़ असी नहीं चाहते, ये चीज़ असं अपने हाथ चाहते हैं, अभी वाइस चांसलर वधिया लाइए ताकि पढ़ाई वधिया होवे। तो और हुण आ गल जो आ गई जो पता है राजपाल साहब को पता लग गया भी भाई आ भी बिल पास किया उन्होंने, तो वह कितों साइन करनगे, तो आप कल ही गल करते फिर ये गल जाऊगी सेंटर को, सेंटर की दा भाई सेंटर ने की करना, तो फिर गल मुड़ कुड़ के सेंटर को चले भी गई तो उन्होंने फिर भेजनी है श्रोमणी कमेटी को, उन्होंने राय मंगनी है, तो उन्होंने राय की होएगी भी कर दौ जी हाँ बहुत वधिया काम किया जी मुख्यमंत्री साहब ने। सो ये चीज़ा बड़ एक तो ये हूँ इस ये गल कर सकते भी जोड़ा ये राजपाल साहब का सीधा अटैक हैगा, पहली गल तो यह तीन जोड़े उन्होंने किए ने तिना चो मैं लगता नहीं कोई भी अपरूव हो गुरबाणी वाला भी, तो फिर राजपाल साहब वाला भी, फिर अगला आर डी एफ सेंटर सरकार के खिलाफ सीधा सीधा उन्होंने एक मता पास किया, वो भी हुण पंगा ये है फाइलां घूम के पहला तो शुरू तो राजपाल साहब को जानी ना जी, उदू बाद सेंटर जाणगियां जी, उदू बाद हो सकता जी राष्ट्रपति को चल जाना, तो कौन कहूगा भी यह काम जिहड़ा हो जूगा, कौन सोचूगा, कोई काम यह बहुत औखा एक पंगा नवां जिहा लै लिया। वैसे मैं सुन रहा सी किसी का कि जदों आनंदपुर साहब का मता पास होया है उदे विच भी एक ए वी कालम सीगा कि असी सेंटर सरकार नूं बेनती करदे हां कि हरिमंदर साहब तो सीधा प्रसारण गुरबाणी का वो सरकारी चैनल पर जिहड़ा अपना जलंधर दूरदर्शन चलता सी उहदे ते उह उहदा प्रसारण दिखावे। चलो वह गल गई है जी, हुण तो हुण सरकार कह रही दिखाउने आ, ते हुण तां फिर पोलीटिकल जदों विच आ गई गल ते उदों काम थोड़ा कसूता हो गया, ऊं शायद निबड़ नुबड़ जांदा, हुण सीधा सीधा ना गुरबाणी का मसला तो ना बड़ा मसला हैगा सरकार का, मसला अकाली दल का
सरकार का या भगवंत मान का आपस में हैगा। अच्छा पिछली बार योगा कहते योगा दे कल है 21 जून होंगे योगा करना चाहिए। बहुत सारे लोग कहें चंगा भी है फायदा भी है बहुत सारिया बीमारियों भी भजा दवाइयों तो बचा रहा बंदा डॉक्टरों तो बचा रहा। मोदी साहब ने यह पिरत पाई सी भी जिते भी कितने है तो योगा करो तो एक जगह बंदा वाहवा कट्ठा करके तो योगा करते हैं तो कल भी करे शायद हूँ। केजरीवाल साहब ने देखा पर नहीं योगा करना वोटा बढ़ जाए आप भी करिए सीएम साहब तुम भी करो तो सारे जने योगा करके वाहवा बंदे कट्ठे करके एको जी टी शर्ट सीएम की योगशाला करके तो उन्होंने अज किया क्योंकि जो कल कर दे तो कल किसी चैनल दिखाने नहीं मोदी साहब का होना कल तो कल मोदी साहब ने कहीं कहीं करना अज जाने कि उत्तर सवेरा हो जूगा हम थोड़ी देर तक तो वह योगा काफ़ी व्डे पद्धर से किया गया जलंधर और बहुत काफ़ी इकट्ठ सगा तो चंगी गल है योजा भी नाल करते हैं। चलो वोटा वोटा ना फर्क पैंता कि नहीं पैंता मोदी साहब का योगा ना फर्क पाया होर कसे ना पाया वो मोदी साहब को पता है पर यह फर्क जड़ा इदा शायद पवे ना पवे कोई वड्डी गल नहीं हैगी पर योगा एक चंगी चीज़ हैगी है। एटम आउटमा तो असं बथेरिया की योगा तो साढ़े को दिल्ली के स्कूल की बस चला मुंडा ना वह विजय मैं दिखाए भी कई बार वो शॉट शकल वो बिल्कुल रामदेव ना मिलती तो वह योगा भी करता है योगा का भी शौक पूरा टिट टुट जो कमा लेंदा वाहवा तो वह असी लिया के तो फिर जरा शुगलिया प्रोग्राम ज करते होंगे सके जो भगवंत मान ना तो उन्होंने लिया होंगे तो वह भी वैसे कहता तो यही सी भी योगा कर लेना चाहिए। हुण अगली गल कर लीए किसानां नाल रिलेटड गल है पर बड़ी अजीब है कहते जी सेंटर सरकार ने एक हुक्म जारी किया हुक्म मैं कहीं देखा नहीं गया वैसे पढ़िया सुनिया ही है इदा ही देखा ही है टीविया रेडियो वडियो कहते कि जिहड़ा भी DAP या यूरिया खाद लेगा उन्हू एक नाल गोहे की बोरी जरूर लैनी पैनी नाल खरीदनी पैनी इस ये नहीं समझ आई भी गोहे की बोरी की करूंगे किसान खरीद के यूरिए दे नाल जां खाद दे नाल। चलो इन्ना शुक्र है गोहे की बोरी क्या कहते यह नहीं क्या भी गऊ के गोहे की होनी चाहिए बोरी भी गां के गोहे की हो भाई होर कोई नहीं होनी चाहिए पर यह पता नहीं किने सलाह दी है किहड़ा सियाणा बंदा उत्थे हैगा जिन्हें यह सलाह दी है भी गऊ गोबर जिहड़ा हैगा नाल किसानां नूं दिओ खेतां च पाउण तां उन्हां खेत होर वधिया होणगे। शायद उन्होंने ये नहीं पता भी जे किसान जिहड़े हैगे ने असली उन्होंने अजे भी घरां दे विच मझां गावां रखियां होईयां ने वाहवा बलदां दी गल चलो हुण खत्म हो गई बलद विचारियां दा कम तां मुकलिया तो नहीं हैगा इन्ना हुण तो पर गावां मझां पशु वो गोबर ही करदियां ने गोहा कहिंदे जिहनूं आपां तो वह भाई इस काम ही आता है नाले कट्टिया के नाल नहीं कुछ बनता हों रूड़ी जो पाने आप खेतों के देखिया ट्राली जाके ढेरी करके रूड़ी की ढेरिया ला के तो मुड़ के उन्होंने खिलारी जाती है तो वह फायदा होंगे तो पता नहीं किने इन्हों सलाह दी भाई ए तो गोहे के नाल भी ए हो जूगा तो फलाना हो जू तिमकड़ा हो जू। खबर 3-4 है एक तो चलो पंजाब की आप गल करिए पंजाब स्कूल सिक्ख्या विभाग जो है पंजाब का एजुकेशन डिपार्टमेंट वो टाइपिंग का टैसट होया पंजाबी ते अंग्रेजी का जिहड़े इंपलाई हैगे आ काम करदे पहलां इत्थे उन्हां दा टाइपिंग का टेस्ट होया भाई तुहानूं टाइपिंग किन्नी कु आउंदी आ 140 कर्मचारी सी सिक्ख्या विभाग 140 दे 40 अंग्रेजी दी ते पंजाबी दी टाइपिंग दे टेस्ट विच्चों फेल हो गया 140 दे 40 जदके टाइपिंग दी असीं गल करिए अज पहले समय जो खड़प खड़प हों खड़प खड़प उदों वो वक्री गल वजदा हों मुड़ के पेज चेंज करना हों इधर नूं करके फिर करते होंगे उदों स्पीड गिणते होंगे तो स्पीड किन्नी है एक मिनट की किन्ने अक्षर लिख सकते हो तो उन्होंने नौकरी दी जाती सी ते अजकल तो हुण कंप्यूटर के उपर तो न्याणे जिहड़े ने वह भी बिना देखे गए कीबोर्ड वाल तो वह इदा टाइप करी जाते हैं तो जिहड़े साडे कर्मचारी ने उन्होंने इहोजा कुछ टाइप जिहड़ा वह नहीं किया तो एक माणूक वाला रौला अजे उसका उत्थे ही है और कितें ना कितें गड़बड़ लगती है हजे भी महीना पहला कोठी किराए ली है तो महीने के ही रेनोवेट हो गई है उत्थे दफ्तर बन गए उत्थे सारा कुछ बन गया तो महीने के ही रजिस्ट्री हुई है तो वह अजे काला माला जिहा कोई लगता है जो कि सरकार दे कह सकते होंगे जिमें जथेदार साहब के रगब चड्डा के पकौड़े बह गए आ जड़ा चे उमें यह चीज़ा जी सरकार कितने ना कितने तंग कर सकदियां। माणुकवे वाली कोठी ये कहा जाता एक तो उस ना भी नाले तो कहते कोठी भी गई तो इज्जत भी गई
ਹੁਣ ਮੈਨੂੰ ਨਹੀਂ ਲੱਗਦਾ ਮਾਨੂ ਕਿ ਪਹਿਲਿਆਂ ਦੇ ਵਿੱਚ ਸੀ ਕੈਬਨਿਟ ਮਿਨਿਸਟਰਾਂ ਦੇ ਵਿੱਚ ਆਉਣ ਦੇ, ਪਰ ਮੈਨੂੰ ਹੁਣ ਇਹ ਨਹੀਂ ਲੱਗਦਾ ਕਿ ਉਹਨੂੰ ਕੋਈ ਥਾਂ ਇੱਥੇ ਕੈਬਨਿਟ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਦਿੱਤੀ ਜਾਏਗੀ, ਕਿਉਂਕਿ ਕਾਫੀ ਜ਼ਿਆਦਾ ਬਦਨਾਮੀ ਹੋ ਗਈ ਆ ਹੁਣ ਇੱਕ ਤਾਂ ਇਸ ਪੱਖੋਂ ਵੀ ਭਗਵੰਤ ਮਾਨ ਸਾਹਿਬ ਅਨਲੱਕੀ ਨੇ, ਕਦੇ ਕੋਈ MLA ਕਦੇ ਕੋਈ MLA ਅਤੇ ਕਦੇ ਕੋਈ ਫਸਿਆ ਹੀ ਰਹਿੰਦਾ ਕਿਸੇ ਨਾ ਕਿਸੇ ਚੱਕਰਾਂ ਦੇ ਵਿੱਚ, ਉਹ ਸੂਤ ਨਹੀਂ ਆਉਂਦਾ ਕੰਮ। ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਥੋੜ੍ਹੀਆਂ ਜਿਹੀਆਂ ਖਬਰਾਂ ਨੇ, ਬਹੁਤ ਵਧੀਆ ਇੰਟਰਸਟਿੰਗ ਖਬਰਾਂ ਨੇ, ਉਹ ਲੈ ਕੇ ਅਤੇ ਉਦੋਂ ਬਾਅਦ ਆਪਾਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਵਿਸ਼ਾ ਪੇ ਰਹੀ ਰੱਖਾਂਗੇ ਗਵਰਨਰ ਦਾ ਅਤੇ ਸੈਂਟਰ ਨਾਲ। ਪਹਿਲਾਂ ਇੱਕ ਕਨਵਰ ਗਰੇਵਾਲ ਦਾ ਗਾਣਾ ਆਇਆ ਸੀ, ਪੇਚਾ ਪੈ ਗਿਆ ਸੈਂਟਰ ਨਾਲ, ਬੜਾ ਮਸ਼ਹੂਰ ਹੋਇਆ ਸੀਗਾ ਕਿਸਾਨ ਅੰਦੋਲਨ ਵੇਲੇ, ਅਤੇ ਹੁਣ ਵੀ ਪੇਚਾ ਪੈ ਗਿਆ ਸੈਂਟਰ ਨਾਲ ਅਤੇ ਰਾਜਪਾਲ ਸਾਹਿਬ ਨਾਲ। ਇਹ ਪੇਚਾ ਕਿਹਦੀ ਬੋ ਕੱਟਦੀ ਹੈ, ਕਿਹਦੀ ਗੁੱਡੀ ਕੱਟ ਹੁੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੂਗਾ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਨਾਲ ਦੀ ਨਾਲ ਖਬਰਾਂ ਜਿਹੜੀਆਂ ਹੈਗੀਆਂ ਉਹਨਾਂ ਵੱਲ ਚੱਲਦੇ ਹਾਂ। ਇੰਟਰਸਟਿੰਗ ਖਬਰਾਂ ਹੁੰਦੀਆਂ ਤੁਹਾਡੇ ਨਾਲ ਸਾਂਝੇ ਕਰੀਦੀਆਂ, ਅੱਜ ਵੀ ਹੈਗੀਆਂ ਜੀ ਪੰਜ ਚਾਰ ਖਬਰਾਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰਕੇ ਫਿਰ ਆਪਾਂ ਕਾਲਾਵਲ ਪਾਸੇ ਚੱਲਾਂਗੇ ਸਾਡੇ ਦਰਸ਼ਕਾਂ ਦੇ ਨਾਲ। ਅੱਛਾ ਜੀ, ਕਈ ਵਾਰੀ ਖਬਰਾਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਵੀ ਬਰਾਤ ਗਈ ਅਤੇ ਦਰਵਾਜ਼ੇ ਤੋਂ ਮੁੜੀ, ਵਿਆਹ ਕਰਨ ਗਏ। ਕਈ ਵਾਰੀ ਕਈ ਕਾਰਨ ਹੁੰਦੇ, ਕਈ ਵਾਰੀ ਦਾਜ ਦੂਜ ਦਾ ਚੱਕਰ ਪੈ ਜਾਂਦਾ, ਕਈ ਵਾਰੀ ਕੋਈ ਹੋਰ ਚੱਕਰ ਪੈ ਜਾਂਦਾ, ਅਤੇ ਇਹ ਬਰਾਤਾਂ ਫਿਰ ਕਈ ਵਾਰੀ ਕੁੱਟ ਕੱਟ ਖਾ ਕੇ ਵੀ ਆ ਜਾਂਦੀਆਂ। ਕਈ ਵਾਰੀ ਕੋਈ ਰਸਗੁੱਲਿਆਂ ਤੋਂ ਵੀ ਇੱਕ ਬਰਾਤ ਲੜ ਪਈ ਸੀਗੀ, ਰਸਗੁੱਲੇ ਪੰਨੀ ਕੀ ਥੋੜ੍ਹੇ ਪਾਏ ਸੀ ਮੋਗੇ ਸੀਗੇ, ਉਹ ਵੀ ਬਰਾਤ ਵਾਪਸ ਆ ਗਈ ਸੀਗੀ। ਪਰ ਜੇ ਅਸੀਂ ਕਹੀਏ ਕਿ ਬਰਾਤ ਸਿਰਫ ਇਸ ਕਰਕੇ ਵਾਪਸ ਆ ਗਈ ਕਿ ਤੁਸੀਂ ਆਪਦੀ ਸਾਲੀ ਦੇ ਸਵਾਲ ਦਾ ਜਵਾਬ ਸਹੀ ਨਹੀਂ ਦਿੱਤਾ, ਤਾਂ ਹੈਰਾਨ ਹੋਊਗੇ ਗੱਲ। ਪਰ ਇਸ ਕੇਸ ਦੇ ਵਿੱਚ ਬਰਾਤ ਵਾਪਸ ਨਹੀਂ ਆਈ, ਪਰ ਵਿਆਹ ਵਾਲੇ ਮੁੰਡੇ ਦਾ ਜਿਹੜਾ ਵਿਆਹ, ਉਹਦਾ ਮੁੰਡੇ ਦਾ ਵਿਆਹ ਨਹੀਂ ਹੋ ਸਕਿਆ। ਕਹਾਣੀ ਹੈਗੀ ਹੈ ਜੀ ਯੂਪੀ ਦੇ ਗਾਜ਼ੀਪੁਰ ਸੈਦਪੁਰ ਦੇ ਥਾਣੇ ਦੇ ਵਿੱਚ ਹੈਗੀ, ਇੱਥੇ ਕੇਸ ਗਿਆ ਹੋਇਆ, ਅਤੇ ਸ਼ਿਵ ਸ਼ੰਕਰ ਨਾਂ ਦਾ ਬੰਦਾ ਗਿਆ ਜੀ ਵਿਆਹੁਣ, ਮੇਰੇ ਖਿਆਲ ਜਿਵੇਂ ਰਾਤ ਦਾ ਹੀ ਵਿਆਹ ਵੀ ਹੋਣਾ ਉੱਥੇ ਯੂਪੀ 'ਚ, ਵਿਆਹੁਣ ਗਿਆ ਅਤੇ ਸਵੇਰੇ ਸਵੇਰੇ ਕੋਈ ਖਿਚੜੀ ਦੀ ਰਸਮ ਹੁੰਦੀ ਉਹਨਾਂ ਵੱਲ ਯੂਪੀ ਦੇ ਵਿੱਚ, ਜੇ ਕਿਸੇ ਦੇਖੇ ਉੱਧਰ ਹੋਵੇ ਕੋਈ ਰਹਿਣ ਵਾਲਾ ਪਤਾ ਹੋਊਗਾ, ਖਿਚੜੀ ਦੀ ਰਸਮ ਹੁੰਦੀ ਹੈ। ਖਿਚੜੀ ਦੀ ਰਸਮ ਵੇਲੇ ਜਿੱਦਾਂ ਆਪਣੇ ਰੀਬਨ ਕੱਟਣ ਦੀ ਰਸਮ ਹੁੰਦੀ ਹੈ, ਉਦੋਂ ਸਾਲੀਆਂ ਨੇ ਪੁੱਛਿਆ ਆਪਣੇ ਜੀਜੇ ਨੂੰ ਵੀ ਪ੍ਰਧਾਨ ਮੰਤਰੀ ਕਿਹੜਾ ਭਾਰਤ ਆ। ਲਓ ਜੀ, ਪ੍ਰਧਾਨ ਮੰਤਰੀ ਸਭ ਨੂੰ ਪਤਾ ਹੈ, ਰੋਜ਼ TV 'ਤੇ ਆਉਂਦਾ। ਉਹ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਹੋ ਗਿਆ, ਚੇਤਾ ਨਹੀਂ ਆਇਆ, ਕੁਛ ਨਹੀਂ ਹੋਇਆ, ਭੁੱਲ ਗਿਆ, ਅਤੇ ਉਹ 2 ਮਿੰਟ ਲਾ ਦਿੱਤੇ ਉਹਨੇ ਜਵਾਬ ਦੇਣ ਨੂੰ, ਅਤੇ ਸਾਲੀਆਂ ਕਹਿੰਦੀਆਂ ਨਾ ਜੀ ਨਾ, ਇਹ ਤਾਂ ਮੁੰਡੇ ਨਾਲ ਵਿਆਹ ਨਹੀਂ ਹੋ ਸਕਦਾ ਸਾਡਾ, ਕਿ ਸਾਡੀ ਭੈਣ ਦਾ ਇਕੱਠੇ ਹੋ ਗਏ ਰਿਸ਼ਤੇਦਾਰ, ਕਿਉਂ ਨਹੀਂ ਹੋ ਸਕਦਾ। ਕਹਿੰਦੇ ਜੀ ਇਹਨੂੰ ਤਾਂ ਪ੍ਰਧਾਨ ਮੰਤਰੀ ਦੇ ਨਾਂ ਦਾ ਨਹੀਂ ਪਤਾ, ਇਹਦਾ ਤਾਂ ਦਿਮਾਗ ਹੀ ਹੈ ਨਹੀਂ, ਇਹਦਾ ਦਿਮਾਗ ਕਮਜ਼ੋਰ ਹੈ, ਅਸੀਂ ਨਹੀਂ ਇਹਦਾ ਵਿਆਹ ਕਰਦੇ, ਅਸੀਂ ਨਹੀਂ ਤੋੜਦੇ। ਚਲੋ ਗੱਲ ਵਧਦੀ ਇਹ ਵੱਧ ਗਈ, ਵਾਕਿਆ ਹੀ ਨਹੀਂ ਅਸੀਂ ਕੁੜੀ ਤੋੜਨੀ ਇਹਨਾਂ ਨੇ। ਫਿਰ ਵਿੱਚ ਕੋਈ ਸਿਆਣੇ ਸੁਣੇ ਬੰਦੇ ਪਏ, ਉਹਨਾਂ ਨੇ ਕਿਹਾ ਵੀ ਮੁੰਡੇ ਦਾ ਭਰਾ ਹੈਗਾ ਛੋਟਾ, ਉਹਨਾਂ ਵਿਆਹ ਕਰ ਦਿਓ ਕੁੜੀ ਦਾ, ਉਹ ਪੜ੍ਹਿਆ ਲਿਖਿਆ ਹੈਗਾ, ਉਹਨੂੰ ਜੋ ਮਰਜ਼ੀ ਪੁੱਛ ਲਓ। ਮੁੰਡਾ ਕਹਿੰਦਾ ਮੈਂ ਕਿਉਂ ਕਰਾਵਾਂਗਾ ਵਿਆਹ ਵੀ ਇੱਦਾਂ, ਕਰਦੇ ਕਰਾਉਂਦੇ ਜੀ ਉਸ ਮੁੰਡੇ ਦਾ ਧੱਕੇ ਨਾਲ ਉਸ ਕੁੜੀ ਦਾ ਵਿਆਹ ਕਰਤਾ ਛੋਟੇ ਭਰਾ ਦਾ, ਅਤੇ ਵੱਡੇ ਭਰਾ ਦਾ ਫਿਰ ਵਿਆਹ ਇਸ ਕਰਕੇ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਨਾਂ ਨਹੀਂ ਪਤਾ। ਹੁਣ ਮੈਨੂੰ ਲੱਗਦਾ ਵਿਆਹ ਦੇ ਵਿੱਚ ਗਾਹਾਂ ਆਉਣ ਵਾਲੇ ਸਮੇਂ 'ਚ ਪਹਿਲਾਂ TV ਬੁਲਾਉਂਦੇ ਸੀਗੇ, ਅਤੇ ਹੁਣ ਨਾਲ ਨਾਲ ਜਨਰਲ ਨੌਲੇਜ ਦਾ ਜਿਹੜਾ ਪੇਪਰ ਆ ਉਹ ਵੀ ਹੋਣ ਲੱਗ ਪੈਣਾ। ਇਹ ਬੜੀ ਹੈਰਾਨ ਕਰਨ ਵਾਲੀ ਖਬਰ ਜਿਹੜੀ ਹੈਗੀ ਸੀਗੀ UP ਦੀ। ਅਗਲੀ ਖਬਰ ਹੈ ਜੀ, ਅਸੀਂ ਇੱਕ ਕਈ ਵਾਰੀ ਸਾਂਝੀ ਕਰੀ ਦੀਆਂ ਚੀਜ਼ਾਂ ਕਿ ਜਿਹੜੀ ਗੱਲ ਕੁਛ ਵੀ ਨਹੀਂ ਹੁੰਦੀ ਅਤੇ ਮਹਿੰਗੀ ਚੀਜ਼ ਬਹੁਤ ਹੋ ਜਾਂਦੀ ਹੈ, ਜਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੁੰਦਾ। ਹੁਣ ਇੱਕ ਆਸਟ੍ਰੇਲੀਆ ਦੇ ਮੈਲਬੋਰਨ ਦੇ ਵਿੱਚ ਕਿਸੇ ਨੂੰ ਇੱਕ ਆਂਡਾ ਮਿਲਿਆ, ਆਂਡਾ ਹੈ ਮੁਰਗੀ ਦਾ ਹੀ ਆ, ਆਂਡਾ ਜਦੋਂ ਮਿਲਿਆ ਅਤੇ ਉਹ ਆਹ ਆਂਡਾ ਹੈਗਾ ਜੀ, ਆਂਡਾ ਮਿਲਿਆ ਅਤੇ ਉਹ ਹੈਗਾ ਅਜੀਬ ਜਿਹਾ, ਗੋਲ ਹੈ ਪੂਰਾ ਜਿੱਦਾਂ ਆਮ ਹੁੰਦੀ ਬੋਲ, ਅਤੇ ਉਹ ਦੇਖਿਆ ਉਹਨੇ ਅਤੇ ਵੀ ਇਹਨੂੰ ਕੀ ਕਰਨਾ, ਉਹ ਆਂਡਾ ਲੈ ਗਿਆ ਗਾਹਾਂ ਬਾਜ਼ਾਰ ਬਜ਼ੂਰ ਦੇ ਵਿੱਚ, ਉੱਥੇ ਜਾ ਕੇ ਜਦੋਂ ਦੇਖਿਆ ਅਤੇ ਉਹ ਆਂਡੇ ਦੀ ਲਾਗੀ ਬੋਲੀ। ਅਖੀਰ ਕਰਦੇ ਕਰਾਉਂਦੇ 78,000 ਇੰਡੀਅਨ ਰੁਪੀਜ਼, ਆਸਟ੍ਰੇਲੀਆ ਡਾਲਰ ਕਿੰਨੇ ਹੋ ਗਏ ਦੇਖ ਲਓ, 78,000 ਇੰਡੀਅਨ ਰੁਪੀਜ਼ ਦੇ ਵਿੱਚ ਇਹ ਆਂਡਾ ਕਿਸੇ ਨੇ ਖਰੀਦਿਆ ਜੀ, ਅਤੇ ਨਾਲ ਨਾਲ ਟਵੀਟ ਵੀ ਕੀਤਾ ਵੀ ਭਾਈ ਕਿਸੇ ਕੋਲ ਆਂਡੇ ਦੀ ਗੱਲ ਛੱਡੋ, ਕੋਈ ਵੀ ਵੱਖਰੀ ਚੀਜ਼ ਆਉਂਦੀ ਆ ਅਤੇ ਉਹਨੂੰ ਵੇਸਟ ਨਾ ਕਰੋ, ਸਿੱਟੋ ਨਾ, ਹੋ ਸਕਦਾ ਕੋਈ ਪਤਾ ਨਹੀਂ ਉਹ ਤੁਹਾਡੀ ਕਿੰਨੇ ਦੀ ਚੀਜ਼ ਵਿਕ ਜਾਵੇ। ਸੋ ਇਹ ਆਂਡਾ ਭਾਜੀ ਜਿਹੜੇ ਨੇ ਇਹ 78,000 ਦੇ ਵਿਕੇ ਨੇ ਆਪਣੀ ਜਗ੍ਹਾ। ਹੁਣ ਕੰਪੀਟੀਸ਼ਨ ਦੀ ਗੱਲ ਕਰ ਲਈਏ, ਬਹੁਤ ਵੱਖਰੀ ਵੱਖਰੀ ਤਰ੍ਹਾਂ ਦੇ ਕੰਪੀਟੀਸ਼ਨ ਹੋ ਰਹੇ ਨੇ, ਬਹੁਤ ਵੱਖਰੀ ਤਰ੍ਹਾਂ ਦੇ, ਔਰ ਉਹ ਕੰਪੀਟੀਸ਼ਨ ਜਿਹੜੇ ਸੁਣੇ ਵੀ ਨਹੀਂ ਹੁੰਦੇ। ਜਿਹੜੀ ਮੈਂ ਇੱਕ ਪਹਿਲਾਂ ਵੀ ਗੱਲ ਕੀਤੀ ਸੀ, ਹਾਂਗਕਾਂਗ ਦੇ ਵਿੱਚ ਇੱਕ ਕੰਪੀਟੀਸ਼ਨ ਹੋਇਆ ਸੀ
ਵੀ ਕੁੜੀਆਂ ਨੇ ਆਪਣੇ ਆਪਣੇ ਬੁਆਏਫ੍ਰੈਂਡ ਨੂੰ ਵੀਡੀਓ ਦਿਖਾਈ ਜਾਂ ਘਰ ਵਾਲੇ ਨੂੰ ਮੋਢਿਆਂ ਤੇ ਚੱਕ ਕੇ ਨਾ ਘਰ ਵਾਲੇ ਨੇ ਆਪਦੀ ਘਰ ਵਾਲੀ ਮੋਢਿਆਂ ਚੱਕ ਕੇ ਨੱਠਣਾ ਹੁੰਦਾ ਸੀ ਉਹ ਸੀ ਵੀਡੀਓ ਤੇ ਇਦਾਂ ਦੀਆਂ ਕੰਪੀਟੀਸ਼ਨ ਹੁੰਦੇ ਨੇ ਆਮ ਜਿਹੜੇ ਤੇ ਖਾਣ ਪੀਣ ਵਾਲੇ ਕੰਪੀਟੀਸ਼ਨ ਹੁੰਦੇ ਨੇ ਕੋਈ ਇੱਕ ਮਿੰਟ 'ਚ ਇੰਨਾ ਖਾ ਲਵੇ ਤਾਂ ਆਇਆ ਨਾਮ ਦੇਵਾਂਗੇ ਇਹ ਹੁਣ ਇੱਕ ਕੰਪੀਟੀਸ਼ਨ ਜਿਹੜਾ ਹੋਇਆ ਇਹ ਹੋਇਆ ਹੈਗਾ ਬਿਹਾਰ ਦੇ ਵਿੱਚ ਹੀ ਹੋਇਆ ਅੰਬ ਖਾਓ ਤੇ ਇਨਾਮ ਪਾਓ ਅੰਬ ਖਾਣੇ ਵੈਸੇ ਖਾਣ ਪੀਣ ਦਾ ਬਹੁਤ ਵਾਰੀ ਕੰਪੀਟੀਸ਼ਨ ਹੁੰਦਾ ਮੈਂਗੋ ਈਟਿੰਗ ਚੈਲੇਂਜ ਜਿਹੜਾ ਸੀਗਾ ਇਹ ਹੈਗਾ ਤੇ ਇਹ ਇਹਦੀ ਵੀਡੀਓ ਵੀ ਹੈਗੀ ਸਾਡੇ ਕੋਲ ਇੱਕ ਤੇ ਇਹ ਬਿਹਾਰ ਦੇ ਵਿੱਚ ਹੋਇਆ ਤੇ ਇਹਦੇ ਵਿੱਚ ਇਨਾਮ ਜਿਹੜਾ ਸੀ ਬਹੁਤ ਵੱਡਾ ਇਨਾਮ ਦਿੱਤਾ ਗਿਆ ਜਿਹਨੇ ਇਹ ਅੰਬ ਖਾਧਾ ਅੰਬ ਆ ਦੇਖੋ ਖਾ ਰਹੇ ਨੇ ਕੰਪੀਟੀਸ਼ਨ ਦੇ ਵਿੱਚ ਜਿਹੜਾ ਵੱਧ ਖਾ ਜਾਂਦਾ ਤਾਂ ਉਹਨੂੰ ਇਹ ਇਨਾਮ ਦਿੱਤਾ ਜਾਂਦਾ ਕਮਾਲ ਦੀ ਗੱਲ ਇਹਦੀ ਇਹ ਹੋਈ ਹੈ ਕਿ ਇਸ ਅੰਬਾਂ ਦੇ ਮੇਲੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਇੱਕ ਮੀਆਂ ਜ਼ਾਕੀ ਕੋਈ ਅੰਬ ਦੀ ਨਸਲ ਮੀਆਂ ਜ਼ਾਕੀ ਅੰਬ ਉਹਦੀ ਨੁਮਾਇਸ਼ ਵੀ ਲਾਈ ਗਈ ਸੀ ਇਸ ਅੰਬ ਦੀ ਕੀਮਤ ਜੇ ਸੁਣੋ ਮੀਆਂ ਜ਼ਾਕੀ ਦੀ ਤਾਂ ਉਹ ਹੈਗੀ ਹੈ ਜੀ 2,78,000 ਰੁਪਏ ਨੂੰ ਕਿਲੋ ਮੀਆਂ ਜ਼ਾਕੀ ਪਾ ਕੇ ਦੇਖਾਂਗੇ ਮੈਂ ਹੁਣ ਪਾ ਕੇ ਨਹੀਂ ਦੇਖਿਆ ਪਾ ਕੇ ਦੇਖਾਂਗੇ ਉਹਦੀ 2,78,000 ਰੁਪਏ ਇਨਾ ਕੀਮਤ ਹੈਗੀ ਆ ਹੁਣ ਅਗਲੀ ਫਿਰ ਇੱਕ ਗੱਲ ਕਰ ਲਈਏ ਉਹ ਵੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ ਹੈਗੀ ਸੁੱਖ ਨਾਲ ਇਹ ਵੀ ਆਪਣੇ ਯੂਪੀ ਦੇ ਮੇਰਠ ਦੀ ਹੈ ਕੀ ਹੈ ਕਹਾਣੀ ਵੀਡੀਓ ਨਾਲ ਲਾ ਲੈਂਦੇ ਹਾਂ ਨਾਲ ਨਾਲ ਫਿਰ ਗੱਲ ਕਰੀ ਜਾਂਦੇ ਹਾਂ ਉਹ ਕਿ ਇੱਕ ਫਿਲਮ ਦਾ ਨਹੀਂ ਡਾਇਲੋਗ ਰਿਸ਼ਤੇ ਮੇਂ ਹਮ ਤੁਹਾਰੇ ਬਾਪ ਲਗਤੇ ਹੈ ਅਤੇ ਇਸ ਸਮੋਸੇ ਬਾਰੇ ਜੇ ਕਹਿਣਾ ਹੋਵੇ ਰਿਸ਼ਤੇ ਮੇਂ ਹਮ ਤੁਹਾਰੇ ਬਾਪ ਲਗਤੇ ਹੈ ਤਾਂ ਨਾਮ ਹੈ ਹਮਾਰਾ ਬਾਹੂਬਲੀ ਇਹ ਬਾਹੂਬਲੀ ਸਮੋਸਾ ਜੀ ਮੇਰਠ ਦੇ ਵਿੱਚ ਇੱਕ ਕੌਸ਼ਲ ਸਵੀਟ ਸ਼ੋਪ ਹੈਗੀ ਆ ਉੱਥੇ ਉਹਨਾਂ ਨੇ ਇਹ ਬਣਾਇਆ ਅਤੇ ਇਹ ਛੋਟੇ ਸਮੋਸਿਆਂ ਨੂੰ ਇਹ ਸਮੋਸਾ ਜ਼ਰੂਰ ਵੱਡਿਆ ਕਹਿੰਦਾ ਹੋਊਗਾ ਰਿਸ਼ਤੇ ਮੇਂ ਹਮ ਤੁਹਾਰੇ ਬਾਪ ਲਗਤੇ ਹੈ ਤਾਂ ਨਾਮ ਹੈ ਹਮਾਰਾ ਬਾਹੂਬਲੀ ਇਹ ਸਮੋਸੇ ਦਾ ਨਾਮ ਬਾਹੂਬਲੀ ਸਮੋਸਾ ਅਤੇ ਇਹ ਬਣਾਇਆ ਉਹਨਾਂ ਨੇ ਆਹ ਜਿਹੜਾ ਹੁਣ ਤੁਸੀਂ ਦੇਖਿਆ ਇਹ ਹੈਗਾ ਸੀ 8 ਕਿਲੋ ਦਾ ਆਹ ਦੋ ਭਰਾ ਨੇ ਜਿਹੜੇ ਸ਼ੁਭਮ ਕੌਸ਼ਲ ਅਤੇ ਸਵਦੇਸ਼ ਕੌਸ਼ਲ ਇਹਨਾਂ ਨੇ ਇਹ ਕਾਰਡ ਕੱਢੀ ਆ ਇਹਨਾਂ ਦੀ ਦੁਕਾਨ ਆ ਮਠਿਆਈਆਂ ਦੀ ਕਿ ਇਹ ਸਮੋਸਾ ਬਣਾਇਆ ਸੀ ਉਹਨਾਂ ਨੇ 8 ਕਿਲੋ ਦਾ ਪਹਿਲਾਂ ਉਹਦਾ ਕੀਮਤ ਸੀਗੀ 1100 ਰੁਪਈਆ ਫਿਰ ਉਹਨਾਂ ਨੇ ਬਣਾਇਆ ਸਮੋਸਾ 10 ਕਿਲੋ ਦਾ ਫਿਰ ਹੁਣ ਜਿਹੜਾ ਸਮੋਸਾ ਉਹਨਾਂ ਨੇ ਬਣਾਇਆ ਉਹ ਬਣਾਇਆ ਹੈਗਾ 12 ਕਿਲੋ ਦਾ ਸਮੋਸਾ ਉਹਨਾਂ ਨੇ ਬਣਾਇਆ ਕੋਈ ਡੋਸਾ ਵੀ ਆਪਾਂ ਬਹੁਤ ਵੱਡਾ ਦੇਖਿਆ ਔਰ 12 ਕਿਲੋ ਦਾ ਸਮੋਸਾ ਜਿਹੜਾ ਕੋਈ ਖਾਊਗਾ ਅੱਧੇ ਘੰਟੇ ਦੇ ਵਿੱਚ ਕੋਈ ਸਮੋਸਾ ਇਹ ਖਾਊਗਾ ਤਾਂ ਉਹਨੂੰ 75,000 ਰੁਪਈਆ 71,000 ਰੁਪਈਆ 71,000 ਰੁਪਈਆ ਇਨਾਮ ਦਿੱਤਾ ਜਾਊਗਾ ਅਤੇ ਇਸ ਕੌਮ ਸਮੋਸੇ ਦੀ ਵੈਸੇ ਕੀਮਤ ਹੈ 1500 ਰੁਪਈਆ ਔਰ 6 ਘੰਟੇ ਕਹਿੰਦੇ ਇਹਨੂੰ ਬਣਾਉਣ ਨੂੰ ਲੱਗਦੇ ਆ ਜਿਹੜਾ 12 ਕਿਲੋ ਦਾ ਸਮੋਸਾ ਹੈਗਾ ਅਤੇ ਇਹ ਇੱਕ ਕੜਾਹੀ ਦੇ ਵਿੱਚ ਇੱਕ ਹੀ ਤਲਿਆ ਜਾਂਦਾ ਇਹਦੇ 'ਚ ਵੀ ਬਕਾਇਦਾ ਸਾਰੇ ਮੇਵੇ ਵਗੈਰਾ ਪਾ ਕੇ ਤਾਂ ਉਹ ਇਹਨੂੰ ਕਰਦੇ ਨੇ ਸਮੋਸੇ ਤਾਂ ਵੈਸੇ ਜ਼ਿਕਰ ਵੀ ਕੀਤਾ ਸੀ ਪਹਿਲਾਂ ਕਾਫੀ ਇਹ ਸਮੋਸਾ ਜਿਹੜਾ ਬਹੁਤ ਵੱਡਾ ਕਿਸੇ ਨੇ ਬਣਾਇਆ ਡੋਸਾ ਵੀ ਅਸੀਂ ਦਿਖਾਇਆ ਸੀ ਆਮਲੇਟ ਦਿਖਾਇਆ ਸੀ ਇੱਕ ਅਜਮੇਰ ਸ਼ਰੀਫ ਕੜਾਹੀ ਸਭ ਤੋਂ ਵੱਡੀ ਜਿੱਥੇ ਸਭ ਤੋਂ ਵੱਧ ਚੌਲ ਉਸ ਕੜਾਹੀ ਦੇ ਵਿੱਚ ਪੈਂਦੇ ਆ ਪੂਰੀ ਦੁਨੀਆ 'ਚ ਉਹ ਵੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੋਇਆ ਸੀਗਾ ਪਰ ਫਿਰ ਹੌਲੀ ਹੌਲੀ ਨਾਮ ਚੰਗੇ ਕੰਮਾਂ ਨੂੰ ਤਾਂ ਹੁੰਦਾ ਇਹ ਵੀ ਸਮੋਸਾ ਹੁਣ ਜੇ 15 ਕਿਲੋ ਦਾ ਸਮੋਸਾ 12 ਕਿਲੋ ਦਾ ਸਮੋਸਾ ਹੈਗਾ ਅਤੇ ਫਿਰ ਸਮੋਸਾ ਜੀ ਕੱਟ ਕੱਟ ਕੇ ਪਲੇਟਾਂ 'ਚ ਰੱਖ ਕੇ ਦੇਈ ਜਾਂਦੇ ਹੋਣੇ ਆ ਔਰ ਇਹ ਜਿਹੜਾ ਮਾਲਕ ਹੈ ਇਹ ਕਹਿੰਦਾ ਵੀ ਇਹ ਸਮੋਸਾ ਜਿਹੜਾ ਹੈਗਾ ਮੈਂ ਆਪਣੇ ਬਰਥਡੇ 'ਤੇ ਕੇਕ ਨਹੀਂ ਕੱਟਦਾ ਮੈਂ ਸਮੋਸਾ ਕੱਟਦਾ ਕੇਕ ਦੀ ਜਗ੍ਹਾ 'ਤੇ ਫਿਰ ਇਹ ਸਮੋਸਾ ਸਾਰਿਆਂ ਨੂੰ ਵਰਤਾਉਣਾ ਇਹ ਇਸ ਤਰ੍ਹਾਂ ਦੇ ਵੱਖ ਵੱਖ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਨੇ ਪਰ ਕਮਾਲ ਦੀ ਗੱਲ ਹੈ ਉਸ ਤੋਂ ਬਾਅਦ ਕੀ ਹੋਇਆ ਬਹੁਤ ਸਾਰੇ ਲੋਕਾਂ ਨੇ ਐਸੇ ਪੁੱਠੇ ਕੰਮ ਕਰਕੇ ਨਾਮ ਦਰਜ ਕਰਾਇਆ ਜਿਹਦੀ ਖਬਰ ਦੱਸਣੀ ਵੀ ਹੋਰ ਤਰ੍ਹਾਂ ਲੱਗਦਾ ਵੀ ਛੱਡ ਯਾਰ ਕਾਹਨੂੰ ਰੋਟੀ ਪਾਣੀ ਦਾ ਟਾਈਮ ਹੈ ਇਹੋ ਜਿਹੀ ਕਾਹਨੂੰ ਖਬਰ ਸੁਣਾਉਣੀ ਅਤੇ ਪਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਜਿਹੜੀ ਆ ਇਹਦਾ ਵੀ ਅਸੀਂ ਜ਼ਿਕਰ ਪਹਿਲਾਂ ਕੀਤਾ ਸੀਗਾ ਸ਼ੁਰੂ ਹੋਈ ਸੀ ਕਾਫੀ ਦੇਰ ਪਹਿਲਾਂ ਅਤੇ ਹੁਣ ਅਸੀਂ ਵਾਪਸ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤਾਜ਼ਾ ਕਰ ਦਈਏ ਸਾਡੇ ਦਰਸ਼ਕਾਂ ਦੇ ਮਾਈਂਡ ਦੇ ਵਿੱਚ ਜਿਹੜੀ ਗੱਲ ਕੁੱਲ ਮਿਲਾ ਕੇ ਹੋ ਰਹੀ ਹੈ ਔਰ ਉਹਦੇ 'ਚ ਆਹ ਕੱਲ੍ਹ ਦਾ ਜਿਹੜਾ ਰੌਲਾ ਪਿਆ ਮੀਡੀਆ ਸਾਰਾ ਉਹ ਲੱਗਿਆ ਹੋਇਆ ਉੱਧਰੋਂ ਖਹਿਰਾ ਸਾਹਿਬ ਵੀ ਦੇਖੀ ਹੋਣੀ ਪ੍ਰੈਸ ਕਾਨਫਰੰਸ ਕਰਨ ਲੱਗੇ ਸੀ ਕੋਈ ਅਤੇ ਉਹ ਸ਼ਾਇਦ ਜਿਹੜੀ ਕੋਠੀ ਵਾਲੀ ਬੀਬੀ ਹੈਗੀ ਜਿਹਦੀ ਕੋਠੀ ਦੱਬੀ ਮਾਣੂਕੋ ਨੇ ਗੱਲ ਰੌਲਾ ਪਿਆ ਉਹ ਲੇਡੀ ਸੀਗੀ ਉਹਦੀ ਕੋਈ ਗੱਲਬਾਤ ਕਰਨੀ ਸੀਗੀ ਅਤੇ ਇੱਕ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜੇ ਦਿਖਾਉਣੀ ਆ ਹੁਣ ਪਤਾ ਨਹੀਂ ਕਿਹੜੇ ਚੈਨਲ ਦਾ ਸੀਗਾ ਮੇਰਾ ਤੁਸੀਂ ਲਾਈਵ ਦਿਖਾਉਣਾ ਹੀ ਨਹੀਂ ਭਾਈ ਜਿਹੜਾ ਵਿਕਾਊ ਮੀਡੀਆ ਹੈ ਉਹ ਤੁਸੀਂ ਚੱਕ ਕੇ ਲੈ ਜਾਓ ਮਾਈਕ ਤਕਰੀਬਨ ਸਾਰੇ ਮਾਈਕ ਜਿਹੜੇ ਨੇ
वह चक के लै गए थे जी असी तो विकाऊ हैं। हालांकि बिचों सही भी होंगे, उही गल आ गई, गल कह सुन का फर्क पै जाता। गल कई बार बहुत सही होंगी है पर कह का तरीका साडा गलत हो जाता, कहण तो भाव कहण का टाइम गलत हो जाता। हर चीज़ देख के करनी चाहिए, फैसले देख के लेने चाहिए है। सो जे मुख्यमंत्री साहब जी की गल करिए तो मैनू इं लग्या उन्हों का कल बयान देख के भी कई चीज़ा ऐसा सी बहुत सारिया जड़िया बेलोड़िया सी, लोड़ नहीं सी उन्हां नू कहण दी, ना उन्हां चीज़ां नाल कोई फायदा होना, उन्हां चीज़ां नाल होर कुछ नहीं होना, सिर्फ तो सिर्फ ये होना कि तुसी भी बाकी लीडरां दी कैटागरी च आ जाओगे तो अगला बंदे नू तुसी उकसा रहे हो भी भाई आ बैल मुझे मार, आ मैं तेरे वालों आ किया तो तू हुण उह किया, कम यही चल पिया। क्योंकि मुख्यमंत्री साहब ने जदों ये गल कही भी भाई दाढ़ी सुखबीर बादल ने खुली रख ली आ, असी उन्हां विचों जी जो दल जदों मौका देखा दाढ़ी खोल ली, जदों कीता दाढ़ी बन ली, ये मेरा ख्याल है भी ये ज़्यादा निजी हैगियां ने, सारे दी गल्लां ज़्यादा निजियां ने। वह भी कहते शराबी कबाबी बन गया जी, शराबी कबाबी हुण पंथ ना पंगा लऊगा, ये करूगा वह करूगा, पर आम लोग तो ज़्यादा लोग इस गल तो बहुत खुश ने कि सानू गुरबाणी जिहड़ी है इक असब उहदा दायरा होर बहुत ज़्यादा वध जाएगा। हुण इत्थे असी बैठे हाँ, जे तो असी देख रहे हैं अपना डब्बिया डुब्बिया दे विच, डब्बिया दे विच चैनल है इंडिया के, अदरवाइज जिहड़े डिशवर्क ने डिश दे ने नैटवर्क ने जां केबल ने उहनां दे उपर इंडिया दे चैनल नहीं आउंदे। सो इस करके ये सौखा हो जाएगा, बाहरले मुल्कां दे चैनल जिहड़े आ उह भी लोग देखणगे। हुण असी बेशक मैं कल भी गल की भी दोपहर में उत्थे सवेरा हुंदा इंडिया तो दोपहर में जिहड़ा जिथे भी चलता गुरबाणी का प्रोग्राम लाइव, चाहे उत्थे सवेरा हुंदा पर नाल जुड़ के बैठते हैं सारे, बहुत सारिया लेडीज़ बीबियां भैणां सिर ढक के बैठदियां ने शरदा। बहुत सारे लोग टीवी वल नूं पैर नहीं करदे, उदों भई गुरु ग्रंथ साहिब जी का सरूप है, पैर नहीं करदे, इन्नी शरदा जिते इन्नी शरदा तो उत्थे फिर ये चीज़ आ जाए जी, वो तो इन्ने पैसे दिते तो इन्ने पैसे दिते तो एक सिर्फ बादल साहब के चैनल पर ही वो चलूगा, होर किसे चलूगा नहीं, उत्थे गल तक लगती औखी। सो अकाली दल के लोगों ने जदों कहता भी भाई नहीं ये अकाली दल की नहीं होना चाहिए, ये जगीर प्रेम सिंह चंदू माजरा मनप्रीत अयाली कांग्रेस वाले सारे बंद ने यह चीज़ कही है, और इतने इं लगता है हूँ कि अड़अड़ैया हो जाए तो बड़ी वक्री गल है, पर इं लगता भी ये समझौता हो जाना चाहिए सरकार को भी कि श्रोमणी कमेटी जी है वो अपना चैनल शुरू कर ले तो उरा सारे फीड दे जाए, जिमें कि विधानसभा के हूँ कि कैमरे वाले सारे चैनलों के गए आ, कैमरे विधानसभा के लगे आ तो उतों सारे अपनी फीड चक के आप अपना लोगो ला के कोई फोटो दो बना दिता, कोई तीन बना दिता, कुछ करके तो आप अपने चैनलों से आप अपने हिसाब न टाइटल दे के तो पा देंगे ने। यह तो हैगी गल सूत। हुण इहदा पंगा की पै सकता है कि मुख्यमंत्री साहब का बयान सीगा कि ये हुण की करन जा रहे हैं श्रोमणी कमेटी ते सुखबीर बादल साहब, पी टी सी सिमरन एक चैनल हैगा उन्हूं श्रोमणी कमेटी दे देंगे ते उहदे ते वो सारा कुछ आएगा भी कह देंगे श्रोमणी कमेटी का चैनल है भी गल कहिंदे उत्थे दी उत्थे रही भी वो नहीं होण देनी। हाँ वो उस स्लॉट ते कर सकते ने गुरबाणी अपनी करके कर सकते ने, यानी कि फिर उन्होंने जो मर्जी लै जाए वो तो ये हल है नहीं जे करने हो तो जे उन्होंने भी अड़ जाना सरकार ने भी अड़ जाना तो फिर काम हैगा खराब। ब्रेक लै लें, ब्रेक तो बाद फिर इस विषय के उपर चर्चा करांगे, इस विषय तो नहीं मतलब इदू अगला विषय ही जिहड़ा साडे नाल जुड़े हुए ने तो विषय थोड़ा जिहा वाकई सोचण वाला वा समझण वाला क्योंकि असीं पंजाब दे नाल दर्द रखते हैं जी। डॉक्टर रशपाल सिंह जी बाजवा साहब सत श्रीकाल, बहुत बहुत स्वागत जी। हाँ जी सत श्रीकाल जी, हाँ जी हुण अगली कड़ी जिहड़ी है जी उहदे बारे विचारां चाहीदियां कि राजपाल साहब नाल भी सीधा ही पेचा ते सेंटर नाल भी सीधा ही, की मनशा इहदे पिछे मनशा की हो सकदी ते गुरबाणी वाला टॉपिक चलो अलग चल दिए। देखो जी राजपाल वाली गल है कि असीं शुरू तो बहुत जदों नवां सिस्टम बनदा ही सी कंट्री च उहनां दिनां दी ਕਾਲਜਾਂ ਯੂਨੀਵਰਸਿਟੀਆਂ 'ਚ ਗਏ ਹਾਂ ਜੀ, ਗਵਰਨਰ ਵਾਲੀ ਦਖਲ ਨਹੀਂ ਸੀ ਦਿੰਦੇ ਹੁੰਦੇ ਯੂਨੀਵਰਸਿਟੀ। ਅੱਛਾ ਹੁਣ ਦਖਲ ਵੀ ਵੱਧ ਗਿਆ। ਹਾਂ ਚਾਂਸਲਰ ਜ਼ਰੂਰ ਹੁੰਦੇ ਸੀ ਉਹ, ਜਿਹੜੀਆਂ ਸਾਨੂੰ ਡਿਗਰੀਆਂ ਮਿਲਦੀਆਂ ਸੀ ਹਾਂਜੀ ਉੱਥੇ ਸਾਈਨ ਚਾਂਸਲਰ ਦੇ ਤੇ ਰਜਿਸਟਰਾਰ ਦੇ ਇਵੇਂ, ਹੁਣ ਜਿਵੇਂ ਪੀ ਏ ਯੂ ਸੀ ਹਾਂਜੀ
मैं उत्थे बहुत अपॉइंटमेंट देखियां हाई लेवल दियां भी छोटियां भी, जिथों तक दा प्रोफेसर प्रोफूसर लगते हैं वह तो सीधे ही वाइस चांसलर के हाथ च हुंदे जी, वो गवर्नर को नहीं जाना का। जदों एक वाइस चांसलर की टर्म पूरी होने लगती है जी, प्रोसीजर यह होंगे भी वह 6 हफ्ते 8 हफ्ते पहला जो उन्होंने ना देनी हो, जो एक्सटेंशन देने भी हो वो प्रोसेस चल पैंदी है जी। ओदों बाद वो 5-7 नाम जिवें आउंदे हैं वो बोर्ड उन्होंने नंबरवार रख के भेज देंदा। फिर आगे टाइम बदल गया, लोग एक दूजे की रिपोर्ट करन लग गए, ये करन लग गया, फिर सिस्टम च गिरावट आ गई जी। हुण जिहड़ी अज दे दिन दी गल है, वैसे गवर्नर साहब नूं कोई बड़ा इंसिस्ट करने की लोड़ नहीं, असी घर असी तो इत्थे रहिंदे आ, और सीएम नूं भी या दूजिआं नूं भी कोई इहो जी गल मता पा के चेंज करन दी मेरे हिसाब च कोई ऐसी लोड़ नहीं है, बई सीएम ही यूनिवर्सिटियां दे ओवरऑल होणगे, क्योंकि हो नहीं सकदा, ये सारे कंट्री लेवल दा चक्कर आ, कल्ले पंजाब दा नहीं है। अच्छा डॉक्टर साहब, जिहड़े इह साइन उस तों बाद किहदे होणे, चाहे गुरबाणी दी असीं गल कर लईए, चाहे राजपाल दी गल कर लईए, चाहे आरडीएफ दी गल कर लईए, उह किथे जाणगे फाइलां जी? उह गवर्नर साहब कोई जाणी मैनूं लगदा नहीं। देखो जिथों तक बाणी वाली गल है ना जी, हांजी, मतलब मैं राती वी तुहानूं इह गल कही सी, इह बहुत इक परसनल इशू हुंदे आ, इहदे च इंडिविजुअल लोक इहनूं इंडिविजुअल लैंदे आ। ਹੁਣ ਮੈਂ ਜੇ ਕੋਈ ਮੈਨੂੰ ਪੁੱਛੇ, ਮੈਂ ਇੱਥੋਂ ਨਹੀਂ ਤੁਹਾਨੂੰ ਅਮੈਰੀਕਾ ਦੀ ਗੱਲ ਸੁਣਾਉਂਦਾ ਜੀ। ਹੁਣ ਪਹਿਲਾਂ ਅਸੀਂ ਜਦੋਂ ਆਏ ਸੀ ਗੁਰਦੁਆਰਿਆਂ 'ਚ ਜਾਂਦੇ ਸੀ, ਹਾਂਜੀ, ਹੁਣ ਇੱਥੇ ਹਰ ਇੱਕ ਗੁਰਦੁਆਰੇ ਦੀ ਵੀ ਸਟ੍ਰੀਮਿੰਗ ਟਾਈਪ ਉਹ ਕੰਮ ਸ਼ੁਰੂ ਹੋ ਗਿਆ ਚੱਲਦਾ, ਹਾਂਜੀ। ਅੱਛਾ ਐਕਚੁਅਲੀ ਲੋਕਾਂ ਨੇ ਗੁਰਦੁਆਰੇ ਜਾਣਾ ਬੰਦ ਕਰ ਦਿੱਤਾ। ਅੱਛਾ ਹੁਣ ਤੁਸੀਂ ਇਹ ਵੇਖੋ, ਬਾਣੀ ਮੈਂ ਸੁਣ ਰਿਹਾ, ਹਾਂਜੀ, ਬਾਣੀ ਸੁਣਨ 'ਚ ਜਦੋਂ ਇਹ ਪ੍ਰੋਸੀਜਰ ਚੱਲੇ ਦੁਨੀਆ 'ਚ ਜੀ, ਉਹ ਇੱਕ ਡਿਸਿਪਲਿਨ ਦੀ ਵੀ ਲੋੜ ਹੈ ਜੀ। ਮਾੜਾ ਹੋਲਡ ਰੱਖੋ ਜੀ ਡਾਕਟਰ ਸਾਹਿਬ। ਹਾਂਜੀ, ਫਿਰ ਉਹ ਇੱਥੋਂ ਦੀ ਗੱਲ ਸੀ ਬਈ ਸੰਗਤ 'ਚ ਲੋਕ ਬੈਠਦੇ ਆ, ਪੰਗਤ 'ਚ ਲੋਕ ਬੈਠਦੇ ਆ, ਹਾਂਜੀ, ਸੋ ਹੁਣ ਉਹ 11-12 ਵਜੇ ਆਮ ਗੁਰਦੁਆਰਿਆਂ 'ਚ ਜਾਈਦਾ ਜਦੋਂ ਲੰਗਰ ਨੇੜੇ ਹੁੰਦਾ, ਉਦੋਂ ਕੋਈ ਜਾਂਦੇ ਤਕਰੀਬਨ ਸਾਰੇ। ਹਾਂ, ਫਿਰ ਇਸ ਕਰਕੇ ਇਹਦੇ ਫਾਇਦੇ ਵੀ ਇਹਦੇ ਨੁਕਸਾਨ ਹੈ। ਨਹੀਂ, ਸਾਡੇ ਵੀ ਤਿੰਨ, ਚਲੋ ਇਹ ਥੋੜ੍ਹੇ ਕੰਪਲੀਟ ਕਰ, ਸਾਡੇ ਵੀ ਤਿੰਨ ਗੁਰਦੁਆਰਾ ਸਾਹਿਬ ਦੇ ਚੱਲਦੇ ਨੇ ਲਾਈਵ ਪ੍ਰੋਗਰਾਮ ਸਾਡੇ ਚੈਨਲ 'ਤੇ, ਜਸ ਜੜ ਧਾਰਮਿਕ ਹੈ, ਲੋਕ ਬਾਰੇ ਫੇਸਬੁੱਕ 'ਤੇ ਵੀ ਦੇਖਦੇ, ਹੁੰਦੀ ਨਹੀਂ ਸੰਗਤ ਵੀ ਆਮ ਦਿਨਾਂ 'ਚ ਇੱਕ ਚੁੱਕਾ ਜਾਂਦਾ ਮੱਥਾ ਟੇਕਣ। ਹੁਣ ਜਿਹੜੀ ਬਾਕੀ ਵੱਡੀ ਗੱਲ ਹੈ ਜੀ, ਦੇਖੋ ਇਹ ਗਵਰਨਮੈਂਟ ਦਾ, ਡੈਮੋਕ੍ਰੇਸੀ ਦਾ ਜਾਂ ਦੂਜਿਆਂ ਦਾ, ਜਿਹੜੀਆਂ ਗਵਰਨਮੈਂਟਾਂ ਬਣਦੀਆਂ ਸਟੇਟ ਦੀਆਂ ਕੰਟਰੀਆਂ ਦੀਆਂ, ਇਹ ਉਹ 4-5 ਪ੍ਰਿੰਸੀਪਲ ਹੁੰਦੇ ਆ ਕਿ ਜਿਹੜੇ ਬੰਦੇ ਜਿਵੇਂ ਬਿਜ਼ਨਸਮੈਨ ਕਰਨਾ, ਬਿਜ਼ਨਸਮੈਨ ਬਣੋ, ਉਹ ਤਾਂ ਬਹੁਤ ਵੱਡੇ ਰਿਚ ਲੋਕ ਹੈ ਜੀ। ਜਿਹੜੇ ਪਬਲਿਕ ਸਰਵਿਸ ਹੈ, ਇਹਦੇ ਵਿੱਚ ਜਿਹੜਾ ਬੰਦਾ ਮਿਨਿਸਟਰ, ਚੀਫ ਮਿਨਿਸਟਰ ਜਾਂ ਦੂਜਾ ਬਣਦਾ, ਉਹਦਾ ਕੋਈ ਕਲੈਸ਼ ਆਫ ਇੰਟਰਸਟ ਨਹੀਂ ਹੋਣਾ ਚਾਹੀਦਾ ਜੀ। ਜੇ ਹੁਣ ਫਰਜ਼ ਕਰੋ ਮੇਰੀਆਂ ਡਿਸਟਿਲਰੀਆਂ, ਮੇਰੀਆਂ ਫੈਕਟਰੀਆਂ, ਮੇਰੇ ਕਈ ਕੁਛ ਹੋਰ ਹੈ, ਨਾਲ ਮੈਂ ਸਟੇਟ ਦਾ ਸੀਐਮ ਵੀ ਹੈ ਜੀ, ਇਹ ਕੁਦਰਤੀ ਗੱਲ ਹੈ ਕਿ ਉਹ ਜਿਹੜੇ ਬਿਜ਼ਨਸਮੈਨ ਜਾਂ ਦੂਜੇ ਹੋਣਗੇ ਜਿਹੜੇ ਮੇਰੇ ਕੰਪਨੀਆਂ ਵਾਲੇ, ਇਹ ਤਾਂ ਹੈ ਹੀ ਮੇਰੀਆਂ, ਵਰਨਾ ਦਾ ਜਿਹੜੇ ਬਿਜ਼ਨਸਮੈਨ ਹੈ ਉਹ ਵੈਸੇ ਹੀ ਆ ਕੇ ਗਵਰਨਮੈਂਟ ਦੇ ਬੰਦਿਆਂ ਨੂੰ ਅਪਰੋਚ ਕਰਦੇ ਆ, ਲੋਬੀਆਂ ਉਹਨਾਂ ਦੀ, ਜੇ ਮੈਂ ਹੀ ਪੈਸੇ ਵੰਡਣ ਵਾਲਾ ਔਰ ਮੈਂ ਹੀ ਲੈਣ ਵਾਲਾ, ਫਿਰ ਗੱਲ ਗਲਤ ਹੈ। ਡਾਕਟਰ ਕੀ ਰਹੇਗਾ ਫੈਕਟ, ਕੀ ਰਹੇਗਾ ਪੰਜਾਬ 'ਤੇ ਜਾਂ ਪੰਜਾਬ ਦੇ ਲੋਕਾਂ 'ਤੇ, ਗਵਰਨਰ ਸਾਹਿਬ ਵਾਲਾ ਅਤੇ ਸੈਂਟਰ ਵਾਲਾ ਜਿਹੜਾ ਹੈ? ਦੇਖੋ ਗੱਲ ਇਹ ਆ ਕਿ ਲੋਕ ਜਿਹੜੇ ਇਹਦੇ 'ਚ ਹੈ ਹੋਰ ਅੱਗੇ ਦੁਖੀ ਆ, ਹੋਰ ਦੁਖੀ ਹੋ ਜਾਣਗੇ, ਉਹਨਾਂ ਦਾ ਵਿਸ਼ਵਾਸ ਦਿਨੋ ਦਿਨ ਸਿਸਟਮ ਦੇ ਵਿੱਚ ਉੱਠੀ ਜਾਂਦਾ ਹੈ। ਬਿਲਕੁਲ, ਚਲੋ, ਸਾਰੀ ਦੁਨੀਆ 'ਚ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਦੇ ਵਿੱਚ ਲੋਕਾਂ ਦਾ ਫੇਥ, ਟਰੱਸਟ ਗਵਰਨਮੈਂਟ ਦਾ, ਲੋਕਾਂ ਦਾ, ਇਹ ਖਤਮ ਹੁੰਦਾ ਜਾਂਦਾ। ਇਹਦੇ ਫਿਰ ਜਿਹੜੇ ਨਤੀਜੇ ਦੁਨੀਆ ਲੈਵਲ 'ਤੇ ਨਿਕਲਦੇ ਆ ਉਹ ਬੜੇ ਖਤਰਨਾਕ ਹੁੰਦੇ ਆ। ਇਹ ਹੁੰਦੇ ਆਏ ਆ, ਇਹ ਹੁੰਦੇ ਰਹਿਣਗੇ, ਪਰ ਹੁਣ ਦੇ ਦਿਨਾਂ 'ਚ ਹੋਣਾ ਨਹੀਂ ਚਾਹੀਦਾ। ਹਰ ਇੱਕ ਚੀਜ਼ ਦੀ ਇੱਥੇ ਲੋਕਾਂ ਨੂੰ ਸਹੂਲਤ ਹੈ,
ਗਵਰਨਮੈਂਟਾਂ ਨੂੰ ਆਪਣੇ ਸਿਟੀਜ਼ਨ ਦੇ ਸੋਸ਼ਲ ਸਿਸਟਮ ਗਵਰਨਮੈਂਟ ਲਾਸਟ ਲਫ਼ਜ਼ ਹੈ ਜੀ ਮੇਰਾ ਗਵਰਨਮੈਂਟ ਦੀ ਲੋੜ ਤਾਂ ਗਰੀਬ ਲੋਕਾਂ ਨੂੰ ਹੈ ਅਮੀਰ ਆਦਮੀ ਨੂੰ ਕਾਹਦੀ ਲੋੜ ਹੈ ਉਹ ਗਵਰਨਮੈਂਟ ਚਲਾਉਂਦੇ ਆ ਉਹਨਾਂ ਕੋਲ ਫੈਕਟਰੀਆਂ ਪਰ ਜਿਹੜੇ ਉਸ 'ਚੋਂ ਟੈਕਸ ਬਣਦੇ ਆ ਦੂਜੇ ਉਹ ਸਾਡੇ ਸੋਸ਼ਲ ਸਿਸਟਮ ਮੈਡੀਕੇਸ਼ਨ ਸੋਰੀ ਮੈਡੀਕਲ ਐਜੂਕੇਸ਼ਨ ਹੋਰ ਸਿਸਟਮ ਲੋਕਾਂ ਨੂੰ ਨੌਕਰੀ ਸੋ ਉਹਨਾਂ ਜਿਵੇਂ ਫੂਡ ਹੈ ਮੈਂ ਪੜ੍ਹਦਾ ਰਹਿੰਦਾ ਕੋਈ ਫੂਡ ਸਿਕਿਉਰਿਟੀ ਦੀਆਂ ਤਿੰਨ ਚੀਜ਼ਾਂ ਇੱਕ ਫੂਡ ਐਕਸੈਸ ਹੋਵੇ ਇੱਕ ਅਵੇਲੇਬਲ ਹੋਵੇ ਇੱਕ ਤੀਜਾ ਅਫੋਰਡੇਬਿਲਟੀ ਹੋਵੇ ਬਿਲਕੁਲ ਹੁਣ ਸਭ ਤੋਂ ਜ਼ਿਆਦਾ ਮਾੜੇ ਵੀਕ ਲੋਕ ਮੈਲ ਨਿਊਟ੍ਰੀਸ਼ਨ ਲੋਕ ਇੰਡੀਆ 'ਚ ਰਹਿੰਦੇ ਆ ਕਿ ਲੋਕਾਂ ਕੋਲ ਪੈਸਾ ਨਹੀਂ ਹੈ ਫੂਡ ਖਰੀਦਣ ਜੀ ਜੀ ਚਲੋ ਮਿਹਰਬਾਨੀ ਜੀ ਡਾਕਟਰ ਸਾਹਿਬ ਹਾਂਜੀ ਬਹੁਤ ਧੰਨਵਾਦ ਜੀ ਜੀ ਹੈਲਥ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਸਰ ਸਵਾਗਤ ਹੈ ਜੀ ਹਾਂਜੀ ਦੇਖੋ ਜਿਹੜਾ ਗਵਰਨਰ ਹੈ ਨਾ ਉਹ ਬਿੱਲ ਨੂੰ ਮੋੜ ਤਾਂ ਨਹੀਂ ਸਕਦਾ ਅੱਛਾ ਜੀ ਉਹ ਤੇ ਬੈਠ ਸਕਦਾ ਅੱਛਾ ਜੀ ਪਹਿਲੇ ਪ੍ਰੋਵੀਜ਼ਨ ਇੱਕ ਤਾਂ ਕੌਨਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਜੇ ਇੱਕ ਸਿੰਪਲ ਮੈਜੋਰਟੀ ਦਾ ਬਿੱਲ ਪਾਸ ਕਰਕੇ ਭੇਜਿਆ ਹੋਵੇ ਜੀ ਤੇ ਉਹਦੇ ਵਿੱਚ ਆਪਣਾ ਗਵਰਨਰ ਵਾਪਸ ਭੇਜ ਸਕਦਾ ਆਪਣੀਆਂ ਰਿਕਮੈਂਡੇਸ਼ਨ ਦੇ ਕੇ ਰਿਕਮੈਂਡੇਸ਼ਨ ਦੇਣ ਦਾ ਅਧਿਕਾਰ ਗਵਰਨਰ ਨੂੰ ਹੈ ਐਜ਼ ਪਰ ਕੌਨਸਟੀਟਿਊਸ਼ਨ ਆਫ ਇੰਡੀਆ ਜੀ ਠੀਕ ਉਸ ਤੋਂ ਬਾਅਦ ਅਗਰ 2/3 ਮੈਜੋਰਟੀ ਹੋਵੇ ਹਾਊਸ ਦੇ ਵਿੱਚ ਸਿਰਫ ਗਵਰਨਮੈਂਟ ਦੀ ਉਹ ਪਾਸ ਕਰਕੇ ਭੇਜ ਦੇਵੇ ਤਾਂ ਗਵਰਨਰ ਉਹਨੂੰ ਰਿਫਿਊਜ਼ ਨਹੀਂ ਕਰ ਸਕਦਾ ਅੱਛਾ ਜੀ ਠੀਕ ਹੈ ਚਲੋ ਇਹ ਵੀ ਜੋ ਓਰਿਜਨਲ ਕੌਨਸਟੀਟਿਊਸ਼ਨ ਆ ਜੀ ਉਸ ਤੋਂ ਬਾਅਦ ਕੋਈ ਅਮੈਂਡਮੈਂਟ ਹੋ ਗਈ ਉਹ ਤਾਂ ਮੈਨੂੰ ਉਸ ਕਵਰੇ ਗਿਆਨ ਨਹੀਂ ਜੀ ਠੀਕ ਹੈ ਜੀ ਠੀਕ ਹੈ ਤੇ ਅਗਰ ਇਹ ਬਿੱਲ ਪਾਸ ਹੋ ਕੇ ਜਾਂਦਾ ਗਵਰਨਰ ਉਹਨੂੰ ਰਿਕਮੈਂਡ ਕਰ ਸਕਦਾ ਕਿ ਤੁਸੀਂ ਇਹਦੇ ਵਿੱਚ ਆ ਚੇਂਜਿਸ ਲਿਆ ਕੇ ਤੇ ਮੈਨੂੰ ਦਿਓ ਵਾਪਸ ਠੀਕ ਹੈ ਜੀ ਠੀਕ ਹੈ ਜੀ ਉਹ ਚੇਂਜਿਸ ਸਰਕਾਰ ਫਿਰ ਡਿਸਕਸ ਕਰੇਗੀ ਕਿ ਚੇਂਜਿਸ ਲਿਆਉਣੀਆਂ ਜਾਂ ਨਹੀਂ ਲਿਆਉਣੀਆਂ ਮੀਟਿੰਗ ਕਰੇਗੀ ਕਿ ਕਿਸ ਹਿਸਾਬ ਨਾਲ ਲਿਆਉਣੀਆਂ ਠੀਕ ਹੈ ਜੀ ਠੀਕ ਤੇ ਅਗਰ ਉਹ ਚੇਂਜਿਸ ਨਾ ਲਿਆਉਣ ਗਵਰਨਰ ਫਿਰ ਬਿੱਲ ਨੂੰ ਲੈ ਕੇ ਚੁੱਪ ਕਰਕੇ ਬੈਠਾ ਰਹੇਗਾ ਸਰਕਾਰ ਦੇ 5 ਸਾਲ ਲੰਘ ਛੱਡ ਕੇ ਜਾਂ ਕੋਰਟ ਕਚਹਿਰੀ ਹੋਊਗੀ ਫਿਰ ਠੀਕ ਹੈ ਜੀ ਚਲੋ ਬਹੁਤ ਮਿਹਰਬਾਨੀ ਜੀ ਚੰਦ ਸਾਹਿਬ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਸਰਦਾਰ ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਜੀ ਹਾਂਜੀ ਸਰਦਾਰ ਜਗਤਾਰ ਸਿੰਘ ਜੱਟੀ ਵੀਰੇ ਕੀ ਹਾਲ ਚਾਲ ਆ ਜੀ ਸਵਾ ਵਧੀਆ ਹਾਂਜੀ ਕੀ ਵਿਚਾਰ ਵਿਚਾਰ ਇਹ ਆ ਵੀ ਐਵੇਂ ਅੜਿੱਕੇ ਪਾਉਂਦੇ ਆ ਹੁਣ ਉਹ ਸਰਕਾਰ ਆ ਜਿੱਥੇ ਵੀ ਨਹੀਂ ਦਿਸਦਾ ਬਾਂਹ ਮਰੋੜ ਕੇ ਤੋੜੀਆਂ ਸਰਕਾਰਾਂ ਤੋੜ ਕੇ ਆਪਣੀਆਂ ਬਣਾਈਆਂ ਭਾਜਪਾ ਨੇ ਬੰਗਾਲ ਵਾਲੀ ਨੂੰ ਬੜਾ ਤੰਗ ਕੀਤਾ ਸੀ ਹਾਂ ਬਿਲਕੁਲ ਤੇ ਗਵਰਨਰ ਦਾ ਇੰਨਾ ਹੱਕ ਤਾਂ ਹੈ ਨਹੀਂ ਉਹ ਦੇਣ ਦਾ ਪੰਗਾ ਲੈਣ ਦਾ ਵਿੱਚ ਪਰ ਹੁਣ ਇਹਨਾਂ ਦੀ ਮੈਜੋਰਟੀ ਬਹੁਤ ਹੈ ਉਹਨਾਂ ਦੀ ਪੇਸ਼ ਨਹੀਂ ਜਾਂਦੀ ਥੋੜ੍ਹੀ ਜਿਹੀ ਮੈਜੋਰਟੀ ਘੱਟ ਹੁੰਦੀ ਤੇ ਇਹਨੇ ਤੋੜ ਤਾੜ ਕੇ ਪਰੇ ਮਾਰਨਾ ਸੀ ਇਹਨਾਂ ਨੂੰ ਸੀਗਾ ਵਿੱਚ ਰੌਲਾ ਪਿਆ ਸੀ 35-40 ਬੰਦਿਆਂ ਦਾ ਸੀਗਾ ਹਾਂ ਹਾਂ ਬਸ ਬਸ ਉਹ ਹੁਣ ਉਹ ਚਾਹੁੰਦੇ ਆ ਵੀ ਸਰਕਾਰ ਤੋੜ ਕੇ ਤਾਂ ਪਹਿਰਾ ਕਰੀਏ ਇਹਨਾਂ ਨੂੰ ਕਿ ਆਪਣੀ ਸਰਕਾਰ ਬਣਾਈਏ ਲਾ ਕੇ ਬੰਦੇ ਵਿੱਚ ਟਕਰਾ ਤਾਂ ਮਾੜਾ ਹੀ ਪਰ ਹੁਣ ਮੈਜੋਰਟੀ ਨੇ ਕੋਈ ਕਾਫੀ ਕਰਕੇ ਇਸ ਕਰਕੇ ਬਚੇ ਜਾਂਦੇ ਆ ਤੇ ਹੈ ਤਾਂ ਰੌਲਾ ਇਹੀ ਆ ਹੋਰ ਰੌਲਾ ਕੋਈ ਨੀ ਹੈ ਐਵੇਂ ਮੁਖਰ ਦੀ ਲੱਤ ਉਡਾਉਂਦੇ ਆ ਤੇ ਬਾਕੀ ਜਿਹੜਾ ਉਹ ਚੈਨਲ ਵਾਲਾ ਆ ਉਹ ਵੀ ਚਾਹੀਦਾ ਉਹਨਾਂ ਨੂੰ ਪਛਾੜ ਦੇਣ ਹੁਣ ਉਹਨਾਂ ਨੂੰ ਕਹਿਣ ਭਾਈ ਇਹਨੂੰ ਹੋਰ ਕਰਾਉਣਾ ਤੇ ਹੋਰ ਕਰਾ ਲਓ ਹਨਾ ਫੀਡ ਛੱਡ ਦਿੰਦੇ ਨੇ ਤੇ ਚੈਨਲਾਂ ਵਾਲੇ ਆਪਾਂ ਲੋਗੋ ਲਾ ਕੇ ਉਹਨੂੰ ਚਲਾ ਦਿੰਦੇ ਆ ਬਸ ਇਦਾਂ ਚਾਹੀਦਾ ਵੀ ਇੱਥੇ ਵੀ ਯੂਟਿਊਬ ਤੇ ਨਹੀਂ ਆਉਣੀ ਚਾਹੀਦੀ ਗੁਰਬਾਣੀ ਕਿਉਂਕਿ ਯੂਟਿਊਬ ਦਾ ਫਿਰ ਹੱਥ ਨਹੀਂ ਆਪਣੇ ਉਹ ਕਿਹੜਾ ਉਹ ਚ ਪਾਉਂਦੇ ਆ ਕਿਹੜਾ ਨਹੀਂ ਪਾਉਂਦੇ ਐਡ ਉਹ ਉਹਨਾਂ ਦੇ ਹੱਥ ਹੈ ਹਾਂ ਉਹ ਤਾਂ ਉਹ ਨਹੀਂ ਆਉਣੀ ਚਾਹੀਦੀ ਚਲੋ ਜਿਹੜੀ ਚੈਨਲਾਂ ਦੀ ਆਉਣੀ ਉਹ ਤਾਂ ਇਹਨਾਂ ਦੇ ਹੱਥ ਹੈ ਨਾ ਬਈ ਉੱਥੇ ਜਿੱਦਾਂ ਜਿੱਦਾਂ ਉਹ ਚੈਨਲ ਛੇਤੀ ਗੁਰਬਾਣੀ ਦਿਖਾਈ ਜਾਣਾ ਹੈ ਹਾਂਜੀ ਹਾਂਜੀ ਚਲੋ ਹਾਂ ਪਰ ਉਹ ਕਸਮ ਚਲੋ ਇਹਨਾਂ ਦੀ ਮਰਜ਼ੀ ਹੈ ਜੀ ਕਹਿੰਦੇ ਨਮੋ ਨਮੋ ਦਾ ਜਿਹੜੇ ਵੀ ਜਾਪ ਕਰਦੇ ਖਾਲੀ ਖੜਕਦੇ ਦੋਧੀ ਦੇ ਢੋਲ ਵਾਂਗੂ ਲੋੜਵੰਦਾਂ ਨੂੰ ਲੁੱਟਦੇ ਕੁੱਟਦੇ ਜੋ ਸਹਿ ਕੇ ਵੱਢਦੇ ਮੁਰਗੀ ਹਲਾਲ ਵਾਂਗੂ ਸ਼ਾਮ ਦਾਮ ਤੇ ਡੰਡ ਦੇ ਵਾਰ ਤੋਂ ਹੁਣ ਲੋਕ ਡਰਦੇ ਢੱਗੇ ਬਗਲੋਲ ਵਾਂਗੂ ਉਹ ਝਾੜੂ ਨੀਲਿਆਂ ਚਿੱਟਿਆਂ ਭਾਗਵਿਆਂ ਨੂੰ ਗਿੱਲਾ ਮਾਂਜੂ ਨਿਹੰਗਾਂ ਦੇ ਡੋਲ ਵਾਂਗੂ ਝਾੜੂ ਨੀਲਿਆਂ ਚਿੱਟਿਆਂ ਭਾਗਵਿਆਂ ਨੂੰ ਗਿੱਲਾ ਮਾਂਜੂ ਨਿਹੰਗਾਂ ਦੇ ਡੋਲ ਵਾਂਗੂ ਬਹੁਤ ਮਿਹਰਬਾਨੀ ਜੀ ਸਰਦਾਰ ਅਰਜਨ ਸਿੰਘ ਜੀ ਅੰਜਾਨ ਸਾਹਿਬ ਧੰਨ ਭਾਗ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਧੰਨਵਾਦ ਜੱਗੀ ਜੀ ਠੀਕ ਹੈ ਜੀ ਸਿੱਖਾਂ ਦੱਸਿਓ ਸੰਗਤਾਂ ਨੂੰ ਕਿਰਪਾ ਦਾ ਜੀ ਚਲੋ ਵਧੀਆ ਹਾਂਜੀ ਜੀ ਸਹਿਬਾ ਅੱਗੇ ਸਹਿਬਾ ਛੋੜ ਦਿੰਦੇ ਹਾਂ ਵਾਹ ਜੀ ਵਾਹ
ਤੁਹਾਨੂੰ ਇੱਕ ਬੇਨਤੀ ਹੈ ਜੀ ਅੱਜ ਜੀ ਜੀ ਤੁਸੀਂ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਪੰਗਾ ਸ਼ਬਦ ਵਰਤਦੇ ਆ ਇਹ ਠੀਕ ਨਹੀਂ ਠੀਕ ਹੈ ਜੀ ਇਹਨੂੰ ਪੜਿਕਾ ਵਰਤੋ ਪੰਗਾ ਸ਼ਬਦ ਬਦਲ ਠੀਕ ਹੈ ਜੀ ਠੀਕ ਹੈ ਚਲੋ ਬਹੁਤ ਮਿਹਰਬਾਨੀ ਜੀ ਦੂਸਰਾ ਜੀ ਜਿਹੜਾ ਚੈਨਲ ਦਾ ਪੜਿਕਾ ਵਾ ਹਾਂਜੀ ਹੈ ਤੇ ਉਹ ਨਵਾਂ ਉਹਦੇ ਵੱਲ ਨਹੀਂ ਮੈਂ ਜਾਣਾ ਜੀ ਉਹ ਨਵੇਂ ਜੈਸੇਦਾਰ ਜਿਹੜੇ ਸਾਂਭੇ ਥਾਪੇ ਗਏ ਆ ਜੀ ਉਹ ਸ਼ਖਸੀਅਤ ਪਿਆਰੀ ਆ ਜੀ ਉਹ ਇਸ ਗੱਲ ਨੂੰ ਸੰਭਾਲ ਲੈਣਗੇ ਮੈਂ ਆਸ ਰੱਖਦਾ ਇਸ ਗੱਲ ਦੀ ਜੀ ਨਹੀਂ ਉਹ ਤਾਂ ਸੰਭਾਲ ਲੈਣਗੇ ਜੀ ਅਸਲ 'ਚ ਸੰਭਾਲਣ ਨਹੀਂ ਦਿੱਤਾ ਜਾ ਰਿਹਾ ਨਾ ਜੀ ਉੱਪਰੋਂ ਬਸ ਇਸ ਤੋਂ ਵੱਧ ਮੈਂ ਕੁਛ ਨਹੀਂ ਕਰਨਾ ਚਾਹੁੰਦਾ ਚੜ੍ਹਦੀ ਕਲਾ 'ਚ ਰਹੋ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਜੀ ਹੈਲੋ ਜੀ ਹਾਂਜੀ ਗੁਰਮੇਲ ਸਿੰਘ ਜੀ ਧੀਰ ਸਾਹਿਬ ਮੁਆਫ਼ੀ ਚਾਹੁੰਦੇ ਹਾਂ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਕੱਲ੍ਹ ਵੀ ਤੁਹਾਡੀ ਫੋਨ ਦੀ ਵੇਟ ਕਰਦਾ ਰਿਹਾ ਮੁਆਫ਼ੀ ਚਾਹੁੰਦੇ ਟਾਈਮ ਦਾ ਆਪਾਂ ਕੁਛ ਕਰਦੇ ਸਿਸਟਮ ਹੋਰ ਸੈੱਟ ਅਤੇ ਹਾਂਜੀ ਅੱਜ ਕੀ ਵਿਚਾਰ ਨੇ ਹਾਂਜੀ ਹਾਂਜੀ ਬਣਾਉਂਦੇ ਦਾ ਸਿਸਟਮ ਬਣਾਉਂਦੇ ਜੀ ਕੋਈ ਟਾਈਮ ਦਾ ਕਰਦੇ ਹਾਂ ਅਤੇ ਅੱਜ ਕੀ ਵਿਚਾਰ ਨੇ ਅੱਜ ਮੈਂ ਤਾਂ ਇਹ ਗੱਲ ਕਰਨੀ ਸੀ ਬਾਕੀ ਤਾਂ ਵਿਚਾਰ ਸਭ ਦੇ ਦਿੱਤੇ ਆਪਣੇ ਜਿਹੜਾ ਵੈਨਕੂਵਰ ਦੇ ਵਿੱਚ ਕਤਲ ਹੋਇਆ ਹਰਜੀਤ ਸਿੰਘ ਨਿੱਜਰ ਨਾਗਰਾ ਦਾ ਹਾਂਜੀ ਨਹੀਂ ਨਾਗਰਾ ਦਾ ਤੇ ਨਿੱਜਰ 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 ਹਾਂਜੀ ਜੀ ਉਹਨਾਂ ਉਹਦੇ ਬਾਰੇ ਗੱਲ ਕਰਨੀ ਚਾਹੁੰਦੀ ਹਾਂ ਜੀ ਦੱਸੋ ਕੋਈ ਨਹੀਂ ਹੈਗਾ ਟਾਈਮ ਆਪਣੇ ਕੋਲ ਇੱਕ ਮਿੰਟ ਹੈਗਾ ਟੀਵੀ ਤੇ ਹਾਂਜੀ ਹਾਂਜੀ ਆਉਂਦੇ ਹੋ ਤੁਸੀਂ ਹਾਂ ਜੀ ਪਰ ਉਹ ਗੁਰੂ ਨਾਨਕ ਆਪਣੇ ਜਿਹੜਾ ਸੀ ਮਿਸ਼ਨ ਗੁਰਦੁਆਰਾ ਉਹਦੇ ਕਈ ਸਾਲਾਂ ਤੋਂ ਪ੍ਰਧਾਨ ਸੀ ਪਰ ਇਹ ਪਿਛਲੇ ਡੇਢ ਮਹੀਨੇ ਦੇ ਵਿੱਚ ਤੀਜੀ ਟਾਰਗੈਟ ਕਿਲਿੰਗ ਹੋ ਗਈ ਇੱਕ ਪਰਮਜੀਤ ਸਿੰਘ ਪੰਜਵੜ ਹਾਂਜੀ ਤੇ ਇੱਕ ਲੰਡਨ ਦੇ ਵਿੱਚ ਜਿਹੜੇ ਉਹ ਖੰਡਾ ਲਾਸਟ ਟਾਈਮ ਉਹਨਾਂ ਦਾ ਅਵਤਾਰ ਸਿੰਘ ਇੱਕ ਅਵਤਾਰ ਸਿੰਘ ਖੰਡਾ ਤੇ ਹੁਣ ਇੱਕ ਇਹ ਹਾਂਜੀ ਹਾਂਜੀ ਸਾਡੀ ਕਮਿਟੀ ਦੇ ਵਿੱਚ ਇੱਥੇ ਸਾਡੇ ਦਰਸ਼ਨ ਮੀਡੀਆ ਤੇ ਵੀ ਇੰਗਲਿਸ਼ ਮੀਡੀਆ ਵਿੱਚ ਵੀ ਖਬਰਾਂ ਆਈਆਂ ਬਹੁਤ ਸਾਰਾ ਕੱਲ੍ਹ ਵੀ ਪਰਸੋਂ ਵੀ ਤੇ ਸਾਡੇ ਪੰਜਾਬੀ ਮੀਡੀਆ ਚ ਲੋਕਾਂ ਨੇ ਆਪਣੇ ਸਿੱਖਾਂ ਦੇ ਵਿੱਚ ਕਾਫੀ ਇਸ ਚੀਜ਼ ਦਾ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹਾਂਜੀ ਬਿਲਕੁਲ ਬਿਲਕੁਲ ਜੀ ਜਿਹੜਾ ਇੰਗਲੈਂਡ ਵਾਲੇ ਤਾਂ ਖਬਰ ਇਹ ਆ ਰਹੀ ਸੀ ਕਿ ਉਹਨਾਂ ਨੂੰ ਸ਼ਾਇਦ ਕੋਈ ਬਲੱਡ ਸ਼ੂਗਰ ਵਗੈਰਾ ਸੀ ਨਾ ਸ਼ੂਗਰ ਕਰਕੇ ਤਾਂ ਨਹੀਂ ਹੋ ਸਕਦਾ ਹੋਰ ਕੋਈ ਪ੍ਰੋਬਲਮ ਸੀ ਸ਼ਾਇਦ ਕੋਈ ਦਿੰਦੀ ਬਾਕੀ ਜਿਹੜੇ ਗੱਲ ਕਰ ਰਹੇ ਆ ਜੋ ਭਗਵੰਤ ਸਿੰਘ ਮਾਨ ਉਹਨਾਂ ਨੇ ਮਤੇ ਪਾਸ ਕੀਤੇ ਨੇ ਜੀ ਇਹ ਦੇਖੋ ਗਵਰਨਰ ਦੇ ਕੋਲ ਹੱਕ ਹੈਗਾ ਕਿ ਉਹਦੇ ਵਿੱਚ ਕੋਈ ਨੁਕਸ ਹੋਵੇ ਤਾਂ ਉਹ ਵਾਪਸ ਭੇਜ ਸਕਦਾ ਹਾਂਜੀ ਪਰ ਇਹ ਇੰਨਾ ਆਸਾਨ ਕੰਮ ਨਹੀਂ ਹੈਗਾ ਜਿੰਨਾ ਇਹਨਾਂ ਨੇ ਕਰਕੇ ਭੇਜ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਆਪਾਂ ਸਾਰੇ ਚਾਹੁੰਦੇ ਹਾਂ ਵੀ ਪ੍ਰਚਾਰ ਹੋਵੇ ਸਾਰੀ ਦੁਨੀਆਂ ਵਿੱਚ ਗੁਰਬਾਣੀ ਦਾ ਪਰ ਇਹ ਬਹੁਤ ਟਾਈਮ ਲੱਗੂਗਾ ਬੜਾ ਮੁਸ਼ਕਲ ਆ ਤੇ ਇਹਦੇ ਵਿੱਚ ਕਾਫੀ ਗੁੰਝਲਾਂ ਵੀ ਆਉਣਗੀਆਂ ਸੁਪਰੀਮ ਕੋਰਟ ਤੇ ਸਹੀ ਪ੍ਰਚਾਰ ਹੋਵੇ ਸਹੀ ਇਤਿਹਾਸ ਹਾਂਜੀ ਅੱਛਾ ਜੇ ਸਾਡੇ ਕੋਲ ਇਹ ਲਾਗੂ ਹੋ ਜਾਂਦਾ ਇਹਦੇ ਨਾਲ ਦੂਜੇ ਪਾਸੇ ਇਹ ਵੀ ਡਰ ਜੱਗੀ ਜੀ ਕਿਤੇ ਸਿੱਖ ਮਰਿਆਦਾ ਦਾ ਘਾਣ ਨਾ ਹੋਣ ਲੱਗ ਜਾਵੇ ਇਹ ਸਾਰਾ ਕੁਛ ਹੈ ਜੀ ਸਾਰਾ ਕੁਛ ਨਾਲ ਨਾਲ ਹੀ ਹੈ ਤੇ ਦੇਖੋ ਕਿ ਇਹਨਾਂ ਦਾ ਬਣਦਾ ਜੀ ਕੰਮ ਚਲੋ ਮਿਹਰਬਾਨੀ ਧੀਰ ਸਾਹਿਬ ਬਹੁਤ ਮਿਹਰਬਾਨੀ ਨਾਲ ਦੀ ਨਾਲ ਫਿਰ ਪ੍ਰੋਗਰਾਮ ਦਾ ਸਮਾਂ ਵੀ ਖਤਮ ਹੈ ਉਮੀਦ ਕਰਦਾ ਜੀ ਠੀਕ ਲੱਗੀ ਹੋਊਗੀ ਗੱਲਬਾਤ ਅੱਜ ਤੁਹਾਨੂੰ ਕਿਸੇ ਵੀ ਗੱਲਬਾਤ ਦੀ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ 209-450-33-62 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ